ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਦੱਸੋ, ਜ਼ਿਮਨੀ ਚੋਣਾਂ ਹੋ ਰਹੀਆਂ ਨੇ ਦੇਸ਼ ਦੇ ਵਿੱਚ, 4 ਸੂਬਿਆਂ ਦੇ ਵਿੱਚ 15 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ। ਸਾਡਾ ਜ਼ਿਆਦਾ ਕੰਸਰਨ, ਸਾਡੀ ਜ਼ਿਆਦਾ ਦਿਲਚਸਪੀ ਪੰਜਾਬ 'ਚ ਹੈ। ਪੰਜਾਬ 'ਚ 4 ਹਲਕੇ ਨੇ ਜਿੱਥੇ ਵੋਟਾਂ ਪੈ ਰਹੀਆਂ ਨੇ। ਵਿਧਾਨ ਸਭਾ ਹਲਕੇ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ, ਤੇ ਇੱਥੇ 3:30 ਵਜੇ ਤੱਕ ਦੇ ਜਿਹੜੇ ਰਿਜ਼ਲਟ ਵੋਟਿੰਗ ਦੇ ਨਤੀਜੇ ਤਾਂ ਜਿਹੜੇ ਆਉਣੇ ਆ ਉਹ ਤਾਂ 23 ਤਰੀਕ ਨੂੰ ਆਉਣੇ ਨੇ। ਕਿੰਨੀ ਵੋਟ ਪਈ ਮੈਂ ਉਹਦਾ ਜ਼ਿਕਰ ਕਰ ਰਿਹਾ। ਗਿੱਦੜਵਾਹਾ ਕਮਾਲ ਕਰ ਰਿਹਾ, 65% ਤੋਂ ਉੱਤੇ, 65% ਤੋਂ ਜ਼ਿਆਦਾ ਵੋਟ ਗਿੱਦੜਵਾਹਾ 'ਚ, 65.8%, 3:30 ਵਜੇ ਤੱਕ। ਡੇਰਾ ਬਾਬਾ ਨਾਨਕ ਮੋਡਰੇਟ ਜੀ ਕਹਿ ਸਕਦੇ ਆ, ਉੱਥੇ 52.3 ਉੱਥੇ ਜਿਹੜੀ ਹੈ ਵੋਟਿੰਗ ਹੋਈ ਹੈ 3:30 ਵਜੇ ਤੱਕ। ਬਰਨਾਲਾ ਦੇ ਵਿੱਚ ਬਹੁਤ ਘੱਟ ਵੋਟਿੰਗ ਹੈ, ਇਹ ਵੀ ਦੇਖਣਾ ਪਏਗਾ। ਜਦੋਂ ਘੱਟ ਹੁੰਦੀ ਹੈ ਤੇ ਨੁਕਸਾਨ ਕਿਹਨੂੰ ਹੁੰਦਾ ਹੈ? ਕਹਿੰਦੇ ਨੇ ਕਿ ਸੱਤਾਧਾਰੀ ਧਿਰ ਨੂੰ ਨੁਕਸਾਨ ਹੁੰਦਾ ਜਾਂ ਫਾਇਦਾ, ਇਹ ਕਿਆਸ ਰਾਈਆਂ ਹੁੰਦੀਆਂ ਨੇ ਕਿਹਾ ਜਾਂਦਾ। ਬਾਕੀ ਤਾਂ ਸਭ ਲਈ ਬਰਾਬਰ ਹੈ, ਜਦੋਂ ਜਿਹੜੇ ਭਰਦਿਆਂ ਨੂੰ ਬਾਹਰ ਬਰਾਬਰ ਹੀ ਹੁੰਦੇ ਨੇ। ਚੱਬੇਵਾਲ ਦੇ ਵਿੱਚ ਵੀ 40% ਜਿਹੜੀ ਵੋਟ ਹਾਲੇ ਤੱਕ ਪੋਲ ਹੋਈ ਹੈ, ਮਤਲਬ ਕਿ ਗਿੱਦੜਵਾਹਾ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਵੋਟ ਪ੍ਰਤੀਸ਼ਤ ਜਿਹੜੀ ਉਹਦੇ 'ਚ ਪੋਲਿੰਗ ਦੇ ਐਂਗਲ ਤੋਂ ਜੇ ਦੇਖੀਏ ਚੱਲ ਰਹੀ ਹੈ। ਵੈਸੇ ਮੈਂ ਤੁਹਾਨੂੰ ਯਾਦ ਕਰਾ ਦਾਂ, ਬਹੁਤ ਸਾਰੇ ਦਿਗਜ਼ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋ ਰਿਹਾ, ਵੋਟਿੰਗ ਮਸ਼ੀਨਾਂ ਦੇ ਵਿੱਚ ਬਟਨ ਦੱਬੇ ਜਾ ਰਹੇ ਨੇ, ਜਿਵੇਂ ਬਰਨਾਲਾ ਕੇਵਲ ਸਿੰਘ ਢਿੱਲੋਂ ਸੀਨੀਅਰ ਲੀਡਰ ਨੇ, ਭਾਰਤੀ ਜਨਤਾ ਪਾਰਟੀ ਦੀ ਟਿਕਟ ਜਿਹੜੀ ਆ ਉਹਨਾਂ ਨੂੰ ਮਿਲੀ ਹੈ ਤੇ ਉਹ ਬਰਨਾਲੇ ਤੋਂ ਚੋਣ ਲੜ ਰਹੇ ਨੇ, 2 ਵਾਰੀ MLA ਰਹੇ ਨੇ। ਕਾਲਾ ਢਿੱਲੋਂ, ਕੁਲਦੀਪ ਸਿੰਘ ਢਿੱਲੋਂ, ਇਹ ਕਾਂਗਰਸ ਪਾਰਟੀ ਦੇ ਨੇ। ਹਰਿੰਦਰ ਧਾਲੀਵਾਲ ਆਮ ਆਦਮੀ ਪਾਰਟੀ ਦੇ ਨੇ, ਤੇ ਗੁਰਦੀਪ ਸਿੰਘ ਬਾਠ, ਜਿਹਨੂੰ ਕਿਹਾ ਜਾਂਦਾ ਕਿ ਉਹ ਵਿਗਾੜ ਸਕਦੇ ਨੇ ਗੇਮ ਆਮ ਆਦਮੀ ਪਾਰਟੀ ਦੀ। ਟੋਟਲ ਵੈਸੇ 45 ਉਮੀਦਵਾਰ ਨੇ, ਜੇ ਮੈਂ ਤੁਹਾਨੂੰ ਦੱਸਾਂ, ਬਰਨਾਲਾ 'ਚ 14 ਨੇ, ਗਿੱਦੜਵਾਹਾ 'ਚ ਵੀ 14 ਨੇ, ਡੇਰਾ ਬਾਬਾ ਨਾਨਕ 'ਚ 11 ਨੇ, ਔਰ ਚੱਬੇਵਾਲ ਦੇ ਵਿੱਚ 6 ਨੇ। ਤੇ ਜੇ ਆਪਾਂ ਗਿੱਦੜਵਾਹਾ ਜਿੱਥੇ ਸਭ ਤੋਂ ਜ਼ਿਆਦਾ ਪੋਲਿੰਗ ਹੋ ਰਹੀ ਹੈ, ਉੱਥੇ ਅਮ੍ਰਿਤਾ ਬੜਿੰਗ, ਮਨਪ੍ਰੀਤ ਸਿੰਘ ਬਾਦਲ, ਡਿੰਪੀ ਢਿੱਲੋਂ, ਸੁਖਰਾਜ ਸਿੰਘ ਇਹ ਪਿਕਚਰ 'ਚ ਨੇ। ਤੇ ਇਸੇ ਤਰੀਕੇ ਨਾਲ ਜੇ ਆਪਾਂ ਚੱਬੇਵਾਲ ਦੀ ਗੱਲ ਕਰੀਏ, ਜਿੱਥੇ 40% ਵੋਟਾਂ ਪਈਆਂ ਨੇ ਅੱਜ 3:30 ਵਜੇ ਤੱਕ, ਉੱਥੇ ਇਸ਼ਾਂਕ ਚੱਬੇਵਾਲ, ਸੋਹਣ ਸਿੰਘ ਠੰਡਰ, ਅਰਜੀਤ ਖਵਾਲ ਜਿਹੜੇ ਕਾਂਗਰਸ 'ਚ ਤੋਂ ਲੜ ਰਹੇ ਨੇ, BSP ਤੋਂ ਆਏ ਨੇ। ਸੋਹਣ ਸਿੰਘ ਠੰਡਰ ਅਕਾਲੀਆਂ 'ਚੋਂ ਆਏ ਨੇ ਤੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜ ਰਹੇ ਨੇ। ਤੇ ਇਸ਼ਾਂਕ ਦਾ ਤੁਹਾਨੂੰ ਪਤਾ ਹੀ ਹੈ, ਤੇ ਪਿਤਾ ਜੀ ਕਾਂਗਰਸੀ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ ਸੀ। ਡੇਰਾ ਬਾਬਾ ਨਾਨਕ, ਜਤਿੰਦਰ ਕੌਰ ਰੰਧਾਵਾ, ਰਵੀ ਕਰਨ ਕਾਹਲੋਂ ਤੇ ਗੁਰਦੀਪ ਸਿੰਘ ਰੰਧਾਵਾ, ਇਸ ਪਿਕਚਰ ਜਿਹੜੀ ਹੈ ਓਵਰਆਲ ਹੈ। ਲੇਕਿਨ ਇਹ ਸਾਰਾ ਕੁਝ ਜੋ ਆਪਾਂ ਦੇਖ ਰਹੇ ਹਾਂ, ਇਹ ਕਿਸ ਤਰ੍ਹਾਂ ਦੇ ਮੁੱਦੇ ਬਾਰੇ ਗਏ, ਕਿਵੇਂ ਛੋਟੀ ਝੜਪ ਵੀ ਹੋਈ ਹੈ ਜਿਹੜੀ ਉੱਥੇ ਡੇਰਾ ਬਾਬਾ ਨਾਨਕ ਆਲਮੋਸਟ, ਵੈਸੇ ਸ਼ਾਂਤ ਤੇ ਸ਼ਾਂਤੀ ਹੋਣੀ ਚਾਹੀਦੀ ਹੈ, ਵੈਸੇ ਸ਼ਬਦੀ ਵਾਰ ਤਾਂ ਲਗਾਤਾਰ ਚੱਲਦੇ ਰਹੇ ਨੇ ਇਸ ਇਲੈਕਸ਼ਨ 'ਚ, ਬਹੁਤ ਕੁਝ ਹੋਇਆ, ਪੈਸੇ ਫੜਨੇ, ਗੱਲਾਂ ਵੀ ਕੀਤੀਆਂ ਨੇ, ਤੇ ਇਹ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਹੁੰਦਾ। ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਸਹੀ ਤਰੀਕੇ ਨਾਲ ਪੋਲਿੰਗ
ਹੋ ਰਹੀ ਹੈ, ਸ਼ਾਂਤ ਤਰੀਕੇ ਨਾਲ ਪੋਲਿੰਗ ਹੋ ਰਹੀ ਹੈ। ਬਾਕੀ ਨਤੀਜੇ 23 ਨੂੰ ਦੇਖੇ ਜਾਣਗੇ, ਪਰ ਜਿਹੜੇ ਦਾਅਵੇ ਨੇ ਹਲੇ ਵੀ ਕੀਤੇ ਜਾ ਰਹੇ ਨੇ ਸਾਰੀਆਂ ਪਾਰਟੀਆਂ ਵੱਲੋਂ, ਇਹਦੀ ਆਪਾਂ ਚਰਚਾ ਕਰਨੀ ਹੈ ਜੀ। ਜੋ ਇਲੈਕਸ਼ਨ ਚੱਲ ਰਹੀ ਹੈ, ਜਿਹੜੀ ਪੋਲਿੰਗ ਹੋ ਰਹੀ ਹੈ, ਇੱਥੇ ਕਰਦੇ ਹਾਂ ਚਰਚਾ। ਤੇ ਚਰਚਾ ਕਰਨ ਲਈ ਜਿਹੜੇ ਮੇਰੇ ਨਾਲ ਮਹਿਮਾਨ ਜੁੜੇ ਨੇ, 3 ਪੋਲੀਟੀਕਲ ਪਾਰਟੀਆਂ ਜਿਹੜੀਆਂ ਇਸ ਮੈਦਾਨ ਚ ਨੇ ਅੱਜ ਦੇ ਚ, ਉਹਨਾਂ ਦੇ ਨੁਮਾਇੰਦੇ ਸਾਡੇ ਨਾਲ ਨੇ। ਉਹਨਾਂ ਚੋਂ ਮੇਜਰ RPS ਮਲਹੋਤਰਾ ਸਾਹਿਬ ਨੇ ਆਮ ਆਦਮੀ ਪਾਰਟੀ ਵੱਲੋਂ, ਜਗਜੀਤ ਸਿੰਘ ਢਿੱਲੋਂ ਐਡਵੋਕੇਟ ਸਾਹਿਬ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ, ਔਰ ਗੁਰਚਰਨ ਸਿੰਘ ਸੰਧੂ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਵੱਲੋਂ, ਤੇ ਸੀਨੀਅਰ ਪੱਤਰਕਾਰ ਨਿਰਪੱਖ ਟਿੱਪਣੀਕਾਰ ਵੱਲੋਂ ਸਾਡੇ ਨਾਲ ਸ਼ਾਮਲ ਨੇ ਮਹੇਸ਼ ਸ਼ਰਮਾ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਮਲਹੋਤਰਾ ਸਾਹਿਬ, ਫਿਰ ਕਿਵੇਂ ਦੇਖਦੇ ਹੋ, ਕੀ ਚੱਲ ਰਿਹਾ ਹੈ, ਕੌਣ ਜਿੱਤੂ ਕੌਣ ਹਾਰੂ? ਤੁਸੀਂ ਤਾਂ ਕਹੋਗੇ ਆਮ ਆਦਮੀ ਪਾਰਟੀ ਜਿੱਤੂ, ਕਿਉਂ ਜਿੱਤੂ ਇਹ ਵੀ ਦੱਸ ਦਿਓ। ਕਿਉਂ ਨਾ ਜਿੱਤੂ ਵਾਲੀਆ ਸਾਹਿਬ, ਤੁਸੀਂ ਦੱਸ ਦਿਓ। ਮਾਫੀ ਚਾਹੁੰਦਾ, ਉਹਦਾ ਸਵਾਲ ਕਰ ਰਿਹਾ। ਪਰ ਤੁਸੀਂ ਦੇਖੋ ਕਿ ਜਿਹੜੇ ਕੰਮ ਆਮ ਆਦਮੀ ਪਾਰਟੀ ਨੇ ਪਿਛਲੇ 2.5 ਸਾਲਾਂ ਦੌਰਾਨ ਕੀਤੇ, ਉਹ ਪਹਿਲਾਂ ਕਿਸੇ ਪਾਰਟੀ ਨੇ ਕੀਤੇ ਸੀ ਸਰ? 300 ਯੂਨਿਟ ਬਿਜਲੀ ਫ੍ਰੀ, ਯਾਨੀ ਕਿ 85% ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋ ਗਿਆ ਸਰ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵੀਡੀਓ ਸੁਣਾਉਣਾ, 20 ਸਕਿੰਟ ਦਾ ਹੈ, ਉਸੇ ਤੋਂ ਹੀ ਤੁਹਾਨੂੰ ਅੰਦਾਜ਼ਾ ਹੋ ਜੂ। ਮੈਂ ਧਨੌਲੇ ਸੀਗਾ ਤੇ ਉੱਥੇ ਅਸੀਂ ਡੋਰ ਟੂ ਡੋਰ ਕਰ ਰਹੇ ਸੀ, ਤੇ ਇਸ ਬੰਦੇ ਨਾਲ ਸਾਡੀ ਗੱਲਬਾਤ ਹੋਈ, ਔਰ ਜਸਟ ਯਾਨੀ ਗੱਲ ਕਰਦੇ ਹੀ ਇਸ ਬੰਦੇ ਨੇ ਦੇਖੋ ਕੀ ਜਵਾਬ ਦਿੱਤਾ ਹੈ। ਇੱਕ ਮਿੰਟ ਜੀ, ਆਮ ਬੰਦਾ ਜਿਹੜਾ 8-10-15 ਹਜ਼ਾਰ ਰੁਪਇਆ ਕਮਾਉਂਦਾ ਸੀ, ਉਹ ਕਹਿੰਦਾ ਜੀ ਮੌਜਾਂ ਨੇ, ਰੋਟੀ ਖਾਣੀ ਆਸਾਨ ਹੋ ਗਈ। ਬਾਕੀ ਸਿਹਤ ਦੇ ਖੇਤਰ ਚ ਕੰਮ ਹੋਇਆ, ਸਿੱਖਿਆ ਦੇ ਖੇਤਰ ਚ ਕੰਮ ਹੋਇਆ, ਰੋਜ਼ਗਾਰ ਤੁਸੀਂ ਦੇਖੋ 45 ਹਜ਼ਾਰ ਅਸੀਂ ਦੇ ਚੁੱਕੇ ਹਾਂ, 45 ਹਜ਼ਾਰ ਨੂੰ ਪੱਕੇ ਕਰ ਚੁੱਕੇ ਹਾਂ। ਬਾਕੀ ਹੋਰ ਉੱਥੇ ਧਨੌਲੇ ਲੋਕ ਕਹਿੰਦੇ ਜੀ ਸਾਡਾ ਨਰਕ ਕੱਟਤਾ ਇਸ ਪਾਰਟੀ ਨੇ, ਜਿੰਨਾ ਪੈਸਾ ਇਸ 2.5 ਸਾਲਾਂ ਚ ਲੱਗਿਆ ਪਹਿਲਾਂ ਕਦੀ ਲੱਗਿਆ ਹੀ ਨਹੀਂ। ਔਰ ਫਿਰ ਇੱਕ ਗੱਲ ਇਹ ਵੀ ਹੈ ਕਿ ਲੋਕ ਇਹ ਵੀ ਸਮਝਦੇ ਨੇ ਕਿ ਮੌਜੂਦਾ ਸਰਕਾਰ ਦਾ ਬੰਦਾ ਜੇ ਜਿੱਤੇਗਾ ਤਾਂ ਉਹ ਕੰਮ ਕਰਾ ਸਕੇਗਾ, ਦੂਜੇ ਲਈ ਕੰਮ ਕਰਾਉਣਾ ਆਸਾਨ ਨਹੀਂ ਹੋਏਗਾ, ਉਹ ਲੜਦਾ ਭਿੜਦਾ ਰਹੂਗਾ। ਔਰ ਦੂਜੇ ਪਾਸੇ ਆਪਾਂ ਦੇਖਿਆ ਕਿ ਸਾਡੇ ਵਿਰੋਧੀ ਕਿਹੋ ਜਿਹੇ ਹਥਕੰਡੇ ਅਪਣਾਉਂਦੇ ਰਹੇ ਨੇ। ਮਨਪ੍ਰੀਤ ਬਾਦਲ ਦੀ ਵੀਡੀਓ ਤੁਸੀਂ ਦੇਖੀ ਹੈ, ਜਾਂ ਰਾਜਾ ਵੜਿੰਗ ਦੀ ਵੀ ਵੀਡੀਓ ਤੁਸੀਂ ਦੇਖੀ ਹੈ। ਸੋ ਆਮ ਆਦਮੀ ਪਾਰਟੀ ਦਾ ਪੱਲਾ ਬਹੁਤ ਮਜ਼ਬੂਤ ਹੈਗਾ, ਭਾਰੀ ਹੈਗਾ, ਔਰ ਸਾਨੂੰ ਉਮੀਦ ਹੈ ਕਿ ਚਾਰੋਂ ਦੀਆਂ ਚਾਰੋਂ ਸੀਟਾਂ ਅਸੀਂ ਜਿੱਤਾਂਗੇ ਜੀ। ਚਲੋ ਠੀਕ ਹੈ, ਤੁਹਾਡੀ ਮੁੱਢਲੀ ਟਿੱਪਣੀ ਆ ਗਈ। ਜਗਵੀਰ ਸਿੰਘ ਢਿੱਲੋਂ ਸਾਹਿਬ ਐਡਵੋਕੇਟ, ਕਿਵੇਂ ਦੇਖਦੇ ਹੋ, ਬੜੇ ਦਾਅਵੇ ਕਰ ਰਹੇ ਨੇ ਮੇਜਰ ਸਾਹਿਬ, ਤਾਂ ਤੁਹਾਡੀ ਕੀ ਹੈ ਸ਼ੁਰੂ ਵਾਲੀ ਟਿੱਪਣੀ? ਦੇਖੋ ਵਾਲੀਆ ਸਾਹਿਬ, ਮੈਂ ਬੜਾ ਹੈਰਾਨ ਆ ਮੇਜਰ RPS ਮਲਹੋਤਰਾ ਜੀ ਤੋਂ। ਇਹ ਕਹਿੰਦੇ ਕਿ 2.5 ਸਾਲਾਂ ਦੇ ਵਿੱਚ ਇਹੋ ਇਹੋ ਜੇ ਕੰਮ ਕਰ ਦਿੱਤੇ, ਅਗਰ 2.5 ਸਾਲਾਂ ਦੇ ਮਲਹੋਤਰਾ ਸਾਹਿਬ ਇਹੋ ਇਹੋ ਜੇ ਕੰਮ ਕੀਤੇ ਹੁੰਦੇ ਨਾ, ਤੇ ਉਹ ਜਿਹੜਾ 13-0 ਕਹਿੰਦੇ ਸੀ ਨਾ ਤੁਸੀਂ ਕਰਨਾ ਹੈ, ਤੇ ਉਹ 3 ਨਾ ਰਹਿੰਦੀਆਂ। ਸਾਨੂੰ 7 ਮਿਲੀਆਂ, ਉਹ ਕਿਸੇ ਗੱਲ ਕਰਕੇ ਮਿਲੀਆਂ ਸੀ। ਤੇ ਕੰਮ ਜਿਹੜੇ ਤੁਸੀਂ ਕੀਤੇ, ਸਭ ਤੋਂ ਜ਼ਿਆਦਾ ਵਾਲੀਆ ਸਾਹਿਬ ਇਸ ਜਿਮਣੀ ਚੋਣ ਨੇ ਅਗਰ ਕੋਈ ਚੀਜ਼ ਸਪਸ਼ਟ ਕੀਤੀ ਹੈ ਤਾਂ ਉਹ ਇਹ ਕੀਤੀ ਹੈ ਕਿ ਪੰਜਾਬ ਦੀਆਂ ਚੋਣਾਂ ਤੇ ਸਭ ਤੋਂ ਜ਼ਿਆਦਾ ਜਿਹੜਾ ਸਾਇਆ ਇੱਕ ਗੈਂਗਸਟਰਵਾਦ ਦਾ ਉਹ ਛਾਇਆ ਹੋਇਆ ਹੈ। ਅਗਰ
ਮੈਂ ਗੱਲ ਕਰਾਂ ਖਾਸ ਕਰਕੇ ਡੇਰਾ ਬਾਬਾ ਨਾਨਕ ਹਲਕੇ ਦੀ, ਤੁਸੀਂ ਪਤਾ ਨਹੀਂ ਮੈਨੂੰ ਉੱਥੇ ਗੇੜਾ ਮਾਰੇ ਕਿ ਨਹੀਂ, ਬਟ ਅਸੀਂ ਜਾਂਦੇ ਰਹੇ। ਕੋਈ ਐਸਾ ਪਿੰਡ ਨਹੀਂ ਸੀ ਉੱਥੇ ਬਚਿਆ ਜਿੱਥੇ ਕਾਂਗਰਸੀਆਂ ਨੂੰ ਧਮਕੀਆਂ ਨਾ ਮਿਲੀਆਂ ਹੋਣ। ਅਤੇ ਧਮਕੀਆਂ ਕਿਹਦੀ ਸ਼ਹਿ ਤੇ ਮਿਲੀਆਂ, ਕੌਣ ਕਰਵਾਉਂਦਾ ਸੀ, ਕਿਹਦੀ ਸਰਕਾਰ ਸੀ, ਇਹ ਗੱਲਾਂ ਬੜੀਆਂ ਸੋਚਣ ਯੋਗ ਨੇ। ਸੋ ਇਹ 2.5 ਸਾਲਾਂ ਦੇ ਵਿੱਚ ਗੈਂਗਸਟਰਵਾਦ ਅਜਿਹਾ ਵਧਿਆ ਨਹੀਂ ਦੇਖਿਆ ਲੋਕਾਂ ਨੇ, ਪੰਜਾਬੀਆਂ ਨੇ ਅਜਿਹਾ ਕਦੀ ਨਹੀਂ ਸੀ ਦੇਖਿਆ। ਮੈਂ ਸਮਝਦਾ ਪਿਛਲੇ 21ਵੀਂ ਸਦੀ ਦੇ ਵਿੱਚ ਹੀ ਕਿ ਰੋਕ ਇੰਨੇ ਮੰਡੀਆਂ ਦੇ ਵਿੱਚ ਕਿਸਾਨ ਰੁਲੇ ਹੋਣ, ਬੇਇੰਤਹਾ ਕਿਸਾਨ ਰੋਲੇ। ਪਹਿਲੀ ਵਾਰ ਹੋਇਆ ਕਿ ਕਣਕਾਂ ਦੀ ਬਿਜਾਈ ਇੰਨੀ ਲੇਟ ਹੋਈ ਕਿਉਂਕਿ ਝੋਨੇ ਦੀ ਸਾਂਭ ਸੰਭਾਲੀ ਲੇਟ ਹੋਈ ਸੀ। 300-400, 500-500 ਰੁਪਈਆ ਕਾਟ ਲੱਗੀ ਫਸਲਾਂ ਤੇ, ਇਹ ਵੀ ਪਹਿਲੀ ਵਾਰ ਹੋਇਆ ਹੈ। ਤੇ ਜਿਹੜਾ ਕਰਜ਼ੇ ਦੀ ਭਾਰ ਮਲਹੋਤਰਾ ਸਾਹਿਬ ਯਾਦ ਨਹੀਂ ਕਰਵਾ ਸਕੇ, ਇੱਕ ਵੀਡੀਓ ਕੱਢ ਲੈਂਦੇ ਨੇ ਇੱਕ ਅੱਧੀ, ਉਹ ਟੀਵੀ ਚੈਨਲ ਤੇ ਦਿਖਾਉਣ ਲੱਗ ਪੈਂਦੇ ਨੇ। ਇਹੋ ਜਿਹੀਆਂ ਹਜ਼ਾਰਾਂ ਵੀਡੀਓ ਸਾਡੇ ਕਾਂਗਰਸ ਦੇ INC ਤੇ ਪੇਜ ਤੇ ਵੀ ਨੇ ਜਿਹੜੇ ਲੋਕ ਸਰਕਾਰ ਦੀ ਮੁਰਦਾਬਾਦ ਕਰਦੇ ਨੇ। ਮੈਂ ਬਟ ਇੱਥੇ ਦਿਖਾਉਣਾ ਨਹੀਂ ਚਾਹੁੰਦਾ, ਬਟ ਇੱਕ ਵਾਰ ਜ਼ਰੂਰ ਤੁਸੀਂ ਦੇਖਿਓ ਕਿ ਕਰਜ਼ੇ ਦੀ ਜਿਹੜੀ ਭਰਮਾਰ ਮਲਹੋਤਰਾ ਸਾਹਿਬ ਵਧੀ ਹੈ, 1 ਲੱਖ ਦੇ ਕਰੀਬ ਜਿਹੜਾ ਕਰਜ਼ਾ ਪਹੁੰਚਿਆ ਹੈ, ਇਹ ਬੜੀ ਹੈਰਾਨਗੀ ਦੀ ਗੱਲ ਹੈ। 70 ਸਾਲਾਂ ਵਿੱਚ 2,82,000 ਕਰਜ਼ਾ ਹੋਇਆ ਸੀ ਤੇ ਤੁਹਾਡੇ 2.5 ਸਾਲਾਂ ਦੇ ਵਿੱਚ ਹੀ 1 ਲੱਖ ਕਰਜ਼ਾ ਹੋ ਗਿਆ, ਤਾਂ ਇਹ ਵੀ ਇੱਕ ਸੋਚਣ ਯੋਗ ਗੱਲ ਹੈ ਕਿ ਕੈਸੀ ਕਿਸ ਤਰੀਕੇ ਦੇ ਨਾਲ ਤੁਸੀਂ ਸਰਕਾਰ ਚਲਾ ਰਹੇ ਹੋ। ਤੇ ਜਿੱਥੋਂ ਤੱਕ ਅੱਜ ਦੀ ਚੋਣ ਦੀ ਗੱਲ ਹੈ, ਮੈਂ ਸੋਚਦਾ ਕਿ ਇੱਕ ਗੱਲ ਚੰਗੀ ਹੋਈ ਕਿ ਸ਼ਾਂਤੀਪੂਰਵਕ ਚੋਣਾਂ ਹੋ ਗਈਆਂ, ਕੋਈ ਵੀ ਐਸੀ ਘਟਨਾ ਨਹੀਂ ਵਾਪਰੀ ਜਿਹੜੀ ਕੋਈ ਦੁਰਭਾਗਯਪੂਰਨ ਹੁੰਦੀ। ਨਤੀਜਿਆਂ ਦੀ ਉਡੀਕ ਹੈ, ਕਾਂਗਰਸ ਪਾਰਟੀ ਨੇ ਬਹੁਤ ਵਧੀਆ ਚੋਣ ਪ੍ਰਚਾਰ ਕੀਤਾ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਲੜਾਈ ਲੜੀ ਸਮੁੱਚੀ ਚੋਣ ਦੀ, ਤੇ ਉਮੀਦ ਕਰਦੇ ਹਾਂ ਕਿ ਰਿਜ਼ਲਟ ਵੀ ਚੰਗਾ ਆਵੇਗਾ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ। ਜਿਹੜੇ ਪੰਜਾਬ ਦੇ ਪੱਖ ਦੇ ਮੁੱਦੇ ਨੇ, ਪੱਖ ਦੇ ਮੁੱਦਿਆਂ ਦੇ ਉਲਟ ਸਰਕਾਰ ਨੂੰ ਉਹਦੀ ਜਿਹੜਾ ਸੇਕ ਜ਼ਰੂਰ ਲੱਗੇਗਾ, ਚਾਹੇ ਕੇਂਦਰ ਸਰਕਾਰ ਹੈ ਜਾਂ ਪੰਜਾਬ ਸਰਕਾਰ ਹੈ, ਲੋਕ ਵੱਡੇ ਤੌਰ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਣਗੇ। ਢਿੱਲੋਂ ਸਾਹਿਬ ਤੁਹਾਡੀ ਮੁੱਢਲੀ ਟਿੱਪਣੀ ਆਈ ਹੈ, ਆਪਾਂ ਗੱਲ ਕਰਨੀ ਹੈ, ਹਲਕਾ ਵਾਈਜ਼ ਵੀ ਗੱਲ ਕਰਾਂਗੇ, ਲੇਕਿਨ ਓਵਰਆਲ ਜਿਹੜੀ ਗੱਲ ਤੁਸੀਂ ਕੀਤੀ ਹੈ ਉਹ ਤੋਂ ਬਾਅਦ ਇੱਕ ਬ੍ਰੇਕ ਦਾ ਮੇਰਾ ਟਾਈਮ ਹੋ ਗਿਆ, ਮੈਂ ਬ੍ਰੇਕ ਲੈ ਲਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਹਿਲਾਂ ਦੱਸੋ, 4 ਹਲਕਿਆਂ ਦੇ ਵਿੱਚ ਪੰਜਾਬ ਚ ਜ਼ਿਮਨੀ ਚੋਣ ਜਿਹੜੀ ਆ ਹੋ ਰਹੀ ਹੈ, ਪੋਲਿੰਗ ਹੋ ਰਹੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਜ਼ਿਆਦਾ ਵੋਟਾਂ ਜਿਹੜੀਆਂ ਪੈ ਰਹੀਆਂ ਨੇ ਉਹ ਗਿੱਦੜਵਾਹਾ ਚ, ਤੇ ਡੇਰਾ ਬਾਬਾ ਨਾਨਕ ਚ ਮੋਡਰੇਟ ਜੀ ਹੈ, 50% ਸੀ, 52% ਜਦੋਂ 3:30 ਵਜੇ ਦੀ ਡੇਟਾ ਲੇਟੈਸਟ ਡਾਟਾ ਸਾਡੇ ਕੋਲ ਪਹੁੰਚਿਆ। ਤੇ ਬਾਕੀ ਪਤਾ ਨੀ ਕਿਉਂ ਬਰਨਾਲਾ ਚ ਬੜੀ ਘੱਟ ਹੈ ਤੇ ਚੱਬੇਵਾਲ ਚ ਵਿੱਚ ਦੋਨਾਂ ਚ 40-40% ਸੀ। ਖੈਰ, ਜਿਹੜੀ ਗੱਲ ਚੱਲ ਰਹੀ ਸੀ, ਮਲਹੋਤਰਾ ਸਾਹਿਬ ਆਪਦਾ ਦਾਅਵਾ ਕਰ ਰਹੇ ਨੇ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਔਰ ਢਿੱਲੋਂ ਸਾਹਿਬ ਜਿਹੜੇ ਜਗਮੀਤ ਸਿੰਘ ਢਿੱਲੋਂ ਨੇ ਉਹ ਕਾਂਗਰਸ ਦੇ ਨੇ। ਸਾਡੇ ਨਾਲ ਗੁਰਚਰਨ ਸਿੰਘ ਸੰਧੂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਨੇ, ਉਹ ਕੀ ਕਹਿ ਰਹੇ ਨੇ? ਸੰਧੂ ਸਾਹਿਬ, ਕੀ ਹੈ ਤੁਹਾਡਾ ਦਾਅਵਾ? ਜੀ ਦੇਖੋ, ਭਾਰਤੀ ਜਨਤਾ ਪਾਰਟੀ ਦੀ ਪਰਫਾਰਮੈਂਸ ਬੜੀ ਵਧੀਆ ਜਾ ਰਹੀ ਹੈ ਪਿਛਲੇ ਸਮੇਂ ਤੋਂ, ਜਦੋਂ ਤੋਂ ਵੀ ਕੰਪੇਨ ਸ਼ੁਰੂ ਕੀਤੀ ਹੈ ਇਲੈਕਸ਼ਨ ਦੀ, ਲੋਕਾਂ ਦਾ ਚੰਗਾ ਪਿਆਰ ਮਿਲ ਰਿਹਾ ਹੈਗਾ। 4 ਹਲਕਿਆਂ ਦੇ ਵਿੱਚ ਵੀ ਬਹੁਤ ਵਧੀਆ ਜਿਹੜੀ ਹੈਗੀ ਆ ਪਰਫਾਰਮੈਂਸ ਜਿਹੜੀ ਹੈਗੀ ਆ ਬੀਜੇਪੀ ਦੀ ਰਹੀ ਆ, ਔਰ ਲੋਕਾਂ ਦਾ ਇੰਨਾ ਕੁ ਹੈ ਕਿ ਜਿਵੇਂ ਪਹਿਲਾਂ ਪਿਛਲੀਆਂ ਚੋਣਾਂ ਦੇ ਵਿੱਚ ਸੀ, ਵਿਰੋਧ ਵੀ ਹੋਇਆ ਸੀ, ਪਿੰਡਾਂ ਦੇ ਵਿੱਚ ਜਾਣ ਤੋਂ ਰੋਕਿਆ ਵੀ ਗਿਆ ਸੀ, ਪਰ ਇਸ ਵਾਰੀ ਆਪਾਂ ਸਾਰਿਆਂ ਨੇ ਦੇਖਿਆ ਮੀਡੀਆ ਰਾਹੀਂ ਵੀ, ਸੋਸ਼ਲ ਮੀਡੀਆ ਰਾਹੀਂ ਵੀ, ਕਿਤੇ ਕੋਈ ਵਿਰੋਧਤਾ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਦੀ ਕਿਸੇ ਪਿੰਡ ਦੇ ਵਿੱਚ, ਕਿਸੇ ਸ਼ਹਿਰ ਦੇ ਵਿੱਚ, ਕਿਸੇ ਮਹੱਲੇ ਦੇ ਵਿੱਚ ਨਹੀਂ ਹੋਈ।
ਤਾਂ ਲੋਕ ਇੰਨੇ ਉਤਸ਼ਾਹ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਨੇ ਕਿ ਹਰੇਕ ਨੂੰ ਇਹ ਉਮੀਦ ਹੈ ਕਿ ਅਸੀਂ ਬਦਲਾਵ ਵਾਲੀ ਸਰਕਾਰ ਲੈ ਕੇ ਆਉਂਦੀ ਸੀ, ਪਰ ਉਹਦੇ ਤੋਂ ਸਾਨੂੰ ਕੁਛ ਮਿਲਿਆ ਨਹੀਂ, ਕੋਈ ਉਮੀਦਾਂ ਤੇ ਖਰੀ ਨਹੀਂ ਉਤਰੀ। ਤਾਂ ਸਾਡੇ ਜਿਹੜੇ ਕੈਂਡੀਡੇਟਸ ਨੇ, ਚਾਰੇ ਕੈਂਡੀਡੇਟ ਸਾਡੇ ਸਰ ਮਨਪ੍ਰੀਤ ਸਿੰਘ ਜੀ ਬਾਦਲ ਗਿੱਦੜਬਾਹ ਤੋਂ, ਬੜੀ ਟਫ ਫਾਈਟ ਆ। ਦੇਖੀਏ ਵੀ ਜਿੰਨੀਆਂ ਵੀ ਸਾਰੀਆਂ ਚੋਣਾਂ ਹੋ ਰਹੀਆਂ, ਸਭ ਤੋਂ ਜਿਹੜੀ ਹੈਗੀ ਤਿਰਛੀ ਨਜ਼ਰ ਸਾਰਿਆਂ ਦੀ ਗਿੱਦੜਬਾਹ ਤੇ ਹੀ ਹੈ, ਪਰ ਬੜਾ ਵਧੀਆ ਮੁਕਾਬਲਾ ਉੱਥੇ ਚੱਲ ਰਿਹਾ ਹੈਗਾ। ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸਾਡੇ ਜਿਹੜੇ ਹੈਗੇ ਨੇ ਸਰ ਮਨਪ੍ਰੀਤ ਸਿੰਘ ਬਾਦਲ, ਉਹ ਬੜੇ ਵਧੀਆ ਤਰੀਕੇ ਨਾਲ ਲੋਕਾਂ ਦਾ ਉਹਨਾਂ ਨੂੰ ਪਿਆਰ ਮਿਲ ਰਿਹਾ ਹੈਗਾ, ਲੋਕਾਂ ਵੱਲੋਂ ਸਤਿਕਾਰ ਮਿਲ ਰਿਹਾ, ਲੋਕ ਉਤਸ਼ਾਹ ਨਾਲ ਕਹਿ ਰਹੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਹੀ ਵੋਟ ਪਾਵਾਂਗੇ। ਤਾਂ ਮੁਕਾਬਲਾ ਭਾਵੇਂ ਟ੍ਰਾਇੰਗਲ ਹੈ, ਪਰ ਫਿਰ ਵੀ ਸਾਨੂੰ ਇੱਥੇ ਬਹੁਤ ਉਮੀਦਾਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਸਰ ਮਨਪ੍ਰੀਤ ਸਿੰਘ ਜਿੱਤਣਗੇ। ਪਰ ਸਰ ਕੇਵਲ ਸਿੰਘ ਢਿੱਲੋਂ ਬਰਨਾਲੇ ਦੀ ਜੇ ਆਪਾਂ ਗੱਲ ਕਰੀਏ, ਪੁਰਾਣੇ ਘਾਗ ਸਿਆਸਤਦਾਨ ਨੇ, ਔਰ ਉਹਨਾਂ ਦਾ ਪਹਿਲਾਂ ਵੀ ਲੋਕ ਸਭਾ ਦੀ ਚੋਣ ਵੀ ਲੜ ਚੁੱਕੇ ਨੇ, ਵਿਧਾਨ ਸਭਾ ਦੇ ਵਿੱਚ ਲੜ ਚੁੱਕੇ ਨੇ, ਔਰ ਉਹਨਾਂ ਦਾ ਵੀ ਜਿਹੜਾ ਹੈਗਾ ਲੋਕਾਂ ਨਾਲ ਪਿਆਰ ਬੜਾ ਬੜਾ ਵਧੀਆ ਸਤਿਕਾਰ ਲੋਕਾਂ ਵੱਲੋਂ ਮਿਲ ਰਿਹਾ। ਰਵੀਕਰਨ ਸਿੰਘ ਕਾਹਨੋਂ, ਉਹ ਜਿਹੜੇ ਸਿਆਸੀ ਪਿਛੋਕੜ ਆ ਉਹਨਾਂ ਦੇ ਫਾਦਰ ਸਾਹਿਬ ਦਾ ਵੀ, ਬਾਕੀ ਲੋਕਾਂ ਦਾ ਜਿਹੜਾ ਉਹਨਾਂ ਦੇ ਪਿਤਾ ਜੀ ਦਾ ਵੀ ਜਿਹੜਾ ਹੈਗਾ ਲੋਕਾਂ ਦੇ ਨਾਲ ਪਿਆਰ ਸੀ, ਉਹ ਉਸੇ ਕਰਨ ਸਿੰਘ ਕਾਹਨੋਂ ਹੋਰਾਂ ਦਾ ਵੀ ਜਿਹੜਾ ਲੋਕਾਂ ਦੇ ਨਾਲ ਪਿਆਰ ਹੈ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ, ਉਹਨਾਂ ਨਾਲ ਵੀ ਬੜਾ ਪਿਆਰ ਸਤਿਕਾਰ ਹੈ। ਸਰ ਸੋਹਣ ਸਿੰਘ ਠੰਡਲ, ਇਹ ਵੀ ਕੋਈ ਰਵਾਇਤੀ ਜਾਣ ਪਛਾਣ ਦੇ ਮੁਤਾਜ ਨਹੀਂ, ਪੁਰਾਣੇ ਲੀਡਰ ਨੇ ਔਰ ਬੜੇ ਵਧੀਆ ਤਰੀਕੇ ਨਾਲ, ਠੰਡਲ ਵੀ ਆ ਤੇ ਠੰਡੇ ਦਿਮਾਗ ਦੇ ਵੀ ਆ, ਠੰਡੇ ਬੋਲ ਵੀ ਬੜੇ ਠੰਡੇ ਨੇ, ਲੋਕ ਇਹਨਾਂ ਦੇ ਨਾਲ ਚੱਲ ਰਹੇ ਨੇ, ਬੜਾ ਵਧੀਆ ਰਿਸਪੋਂਸ। ਵਾਲੀਆ ਸਾਹਿਬ, ਮੈਂ ਇਹ ਜ਼ਰੂਰ ਕਹੂੰਗਾ ਕਿ ਸਾਨੂੰ ਬਹੁਤ ਵੱਡੀਆਂ ਉਮੀਦਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਕਿ ਅਸੀਂ ਇਹ ਚਾਰ ਦੀਆਂ ਚਾਰੇ ਸੀਟਾਂ ਤੇ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਜਿੱਤ ਹਾਸਲ ਕਰੇਗੀ ਔਰ ਨਵਾਂ ਇੱਕ ਮੀਲ ਪੱਥਰ ਰੱਖਿਆ ਜਾਏਗਾ। ਠੀਕ ਹੈ ਸੰਤ ਸਾਹਿਬ, ਮੈਂ ਆਉਣਾ ਦੁਬਾਰਾ, ਲੇਕਿਨ ਮਲਹੋਤਰਾ ਸਾਹਿਬ ਕੁਛ ਕਹਿਣਾ ਚਾਹੁੰਦੇ ਸੀ ਜੋ ਢਿੱਲੋਂ ਸਾਹਿਬ ਨੇ ਕਰਜ਼ੇ ਦੀ ਗੱਲ ਕੀਤੀ ਸੀ, ਤੇ ਹੁਣ ਤਾਂ ਤੁਸੀਂ ਵੀ ਦਾਵਾ ਟੋਕਤਾ। ਮਲਹੋਤਰਾ ਸਾਹਿਬ ਕੀ ਕਹਿਣਾ ਚਾਹੁੰਦੇ ਸੀ ਜਾਂ ਕਿਹੜੀ ਗੱਲ? ਮੈਨੂੰ ਉਮੀਦ ਸੀ ਕਿ ਢਿੱਲੋਂ ਸਾਹਿਬ ਕੋਈ ਲੌਜੀਕਲ ਗੱਲ ਕਰਨਗੇ ਕਿ ਬੜੀ ਇਲੌਜੀਕਲ ਜੀ ਗੱਲ ਕੀਤੀ ਹੈ ਕਿ ਬਈ ਦੇਖੋ ਇਹਨਾਂ ਦੇ ਕਰਜ਼ੇ ਦਾ ਆਂਕੜਾ ਗਲਤ ਸੀ। ਮੈਨੂੰ 2 ਮਿੰਟ ਬੋਲ ਲੈਣ ਦਿਓ ਯਾਰ, ਤੁਸੀਂ ਬੋਲਿਆ। ਦੇਖੋ ਜਿਹੜੀ ਇਹ ਗੱਲ ਕਰਦੇ ਸੀ ਝੋਨੇ ਦੀ, ਸਾਰੀ ਦੁਨੀਆ ਜਾਣਦੀ ਹੈ ਕਿ ਝੋਨਾ ਜਿਹੜਾ ਹੈ ਇਸ ਕਰਕੇ ਨਹੀਂ ਚੁੱਕਿਆ ਗਿਆ ਕਿਉਂਕਿ FCI ਨੇ ਕੇਂਦਰ ਦੀਆਂ ਹਿਦਾਇਤਾਂ ਤੇ ਗੋਦਾਮਾਂ ਚੋਂ ਪਿਛਲਾ ਝੋਨਾ ਨਹੀਂ ਸੀ ਚੁੱਕਿਆ, ਔਰ ਇਹ ਕੀ ਲੌਜਿਕ ਦੇ ਰਹੇ ਨੇ। ਫਿਰ ਕਰਜ਼ੇ ਦੀ ਜਿਹੜੀ ਗੱਲ ਹੈ, ਇਹਨਾਂ ਦੇ CM ਨੇ ਗੁਟਕਾ ਸਾਹਿਬ ਦੀ ਸੌਂ ਖਾਧੀ ਸੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗਾ, ਲੇਕਿਨ 4% ਸਿਰਫ 4% ਮਾਫ਼ ਕੀਤਾ। ਉਹ ਜਨਾਬ ਜੇ ਕਰਜ਼ਾ ਚੱਕਿਆ ਜਾ ਰਿਹਾ ਤਾਂ ਪੰਜਾਬ ਦੇ ਲੋਕਾਂ ਦੇ ਖਰਚ ਹੋ ਰਿਹਾ। ਇੱਕ ਮਿੰਟ ਪਲੀਜ਼, ਕੋਈ ਕਿਸੇ ਦੀ ਜੇਬ ਚ ਨਹੀਂ ਜਾ ਰਿਹਾ, ਪੰਜਾਬ ਦੇ ਲੋਕਾਂ ਦੀ ਜ਼ਿੰਦਗੀ। ਇਹ ਤੁਹਾਡੇ ਅਰਵਿੰਦ ਕੇਜਰੀਵਾਲ ਦੇ ਉਡਣ ਖਟੋਲਿਆਂ ਤੇ ਜਾ ਰਿਹਾ, ਭਗਵੰਤ ਮਾਨ ਦੀ ਸਿਕਿਉਰਿਟੀ ਚ ਜਾ ਰਿਹਾ। ਇੱਕ ਮਿੰਟ, ਇਹ ਕੋਈ ਤਰੀਕਾ ਨਹੀਂ ਢਿੱਲੋਂ ਸਾਹਿਬ, ਇਹ ਕੋਈ ਤਰੀਕਾ ਨਹੀਂ। ਉਸਦਾ ਮੁੱਢ ਤੁਸੀਂ ਬਣ ਕੇ ਗਏ ਹੋ, 3.25 ਲੱਖ ਕਰੋੜ ਤੁਸੀਂ ਛੱਡ ਕੇ ਗਏ ਹੋ, ਔਰ ਫਿਰ ਜਿਹੜੀ ਤੁਸੀਂ ਨੌਕਰੀਆਂ ਆਪਣੇ ਲੀਡਰਾਂ ਦੇ ਬੱਚਿਆਂ ਨੂੰ ਦਿੱਤੀਆਂ ਬਿਨਾਂ ਟੈਸਟ, ਬਿਨਾਂ ਇੰਟਰਵਿਊ, ਬਿਨਾਂ ਕਾਬਲੀਅਤ, ਔਰ ਪੰਜਾਬ ਦੇ ਨੌਜਵਾਨ ਤੁਸੀਂ ਰੋਲ ਕੇ ਰੱਖਤੇ, ਤੁਸੀਂ ਕਿਸ ਚੀਜ਼ ਦਾ ਦਾਅਵਾ ਕਰਦੇ ਹੋ ਯਾਰ? ਜੀ ਵਾਲੀਆ ਸਾਹਿਬ, ਵਾਲੀਆ ਸਾਹਿਬ ਇਹਨਾਂ ਕਿਹਾ ਇਲੋਜੀਕਲ, ਇਲੋਜੀਕਲ ਕਿਹੜੀ ਗੱਲ ਕੀਤੀ ਮੈਂ?
ਕਰਜ਼ਾ ਚੜਿਆ 1 ਲੱਖ, ਇਹ ਅੰਕੜਾ ਤੁਹਾਡਾ ਟੀਵੀ ਵੀ ਬੋਲਦਾ ਹੈ, ਹੋਰ ਟੀਵੀ ਵੀ ਬੋਲਦੇ ਨੇ, ਮੈਂ ਤਾਂ ਕਹਿੰਦਾ ਅਗਰ ਕਰਜ਼ਾ ਚੜਿਆ ਹੈ ਤਾਂ ਉਹਦੀ ਕੋਈ ਵੈਲਫੇਅਰ ਸਕੀਮ ਦੱਸਣ, ਕਿਸੇ ਪਿੰਡ 'ਚ ਟੈਂਟ ਨਹੀਂ ਲੱਗੀ ਤੇ ਮੈਨੂੰ ਕਹਿੰਦੇ ਇਲੋਜੀਕਲ, ਕਿਹੜੀ ਇਲੋਜੀਕਲ ਗੱਲ ਕੀਤੀ? ਸੀਐਮ ਭਗਵੰਤ ਮਾਨ ਟਵੀਟ ਕਰਦੇ ਨੇ ਸਰਕਾਰ ਦੀ ਕੱਲਾ ਕੱਲਾ ਦਾਣਾ ਚੁੱਕਣ ਦੀ ਤਿਆਰੀ ਹੈ, ਕਿੱਥੇ ਕਿਉਂ ਨੀ ਚੁੱਕਿਆ ਕੱਲਾ ਕੱਲਾ ਦਾਣਾ? ਅਗਰ ਕੇਂਦਰ ਨੇ ਨਹੀਂ ਸੀ ਤਿਆਰੀ ਕੀਤੀ, ਤੁਹਾਡਾ ਸਾਥ ਨਹੀਂ ਦਿੱਤਾ, ਭਗਵੰਤ ਮਾਨ ਕਹਿੰਦਾ ਕਿ ਸਾਡਾ ਕੇਂਦਰ ਨੇ ਸਾਥ ਨਹੀਂ ਦਿੱਤਾ, ਫਿਰ ਤੁਸੀਂ ਕਿਉਂ ਕਿਹਾ ਕਿ ਸਾਡੀ ਤਿਆਰੀ ਹੈ? ਬਾਅਦ ਵਿੱਚ ਜਦੋਂ ਜੱਟ ਤੁਹਾਡੇ ਨਾਲ ਪਲੇ ਹੋਏ ਫਿਰ ਤੁਹਾਨੂੰ ਨੀਂਦ ਆ ਜਾਗੀ ਆਈ? ਕਿਹੜੀ ਗੱਲ ਕਰਦੇ ਹੋ ਮਲਹੋਤਰਾ ਸਾਹਿਬ? ਗੈਂਗਸਟਰਵਾਦ ਸਭ ਤੋਂ ਹੈਵੀ ਹੈ। ਕਿੰਨੇ ਕਦੀ ਬਾਜ਼ਾਰ ਵਿੱਚ ਜਾ ਕੇ ਦੇਖਿਓ, ਕੋਈ ਦੁਕਾਨਦਾਰ ਚੰਗਾ ਸੁਨਿਆਰਾ ਐਸਾ ਨਹੀਂ ਰਿਹਾ ਜਿਸ ਤੋਂ ਫਰੌਤੀ ਨਾ ਮੰਗੀ ਹੋਵੇ, ਚੰਗਾ ਦੁਕਾਨਦਾਰ ਨਹੀਂ ਰਿਹਾ ਮਲਹੋਤਰਾ ਸਾਹਿਬ। ਤੁਹਾਡੇ ਕੋਲ ਤਾਂ ਸਰਕਾਰ ਨੇ ਗਨਮੈਨ ਦਿੱਤੇ ਹੋਣਗੇ, ਆਮ ਬੰਦਾ ਮੇਰੇ ਵਰਗਾ ਵਾਲੀਆ ਸਾਹਿਬ ਵਰਗਾ ਬੰਦਾ ਰਾਤ ਨੂੰ ਸਵੇਰੇ 4 ਵਜੇ ਉੱਠ ਕੇ ਸੈਰ ਨਹੀਂ ਕਰਦਾ, ਕਿਤੇ ਫੋਨ ਨਾ ਖੋ ਕੇ ਲੈ ਲਓ। ਕਿਹੜੀਆਂ ਗੱਲਾਂ ਕਰਦੇ ਹੋ ਮਲਹੋਤਰਾ ਸਾਹਿਬ? ਆਮ ਬੰਦੇ ਦਾ ਸੁਣੋ ਕਿੰਨਾ ਲੋ ਐਂਡ ਆਰਡਰ ਬਣਦਾ ਹੈ। ਵਾਲੀਆ ਸਾਹਿਬ 3 ਦਿਨ ਹੋ ਗਏ ਤਰਨ ਤਾਰਨ ਹਲਕੇ ਦੇ ਲਾਲੂ ਘੁੰਮਣ ਪਿੰਡ ਚ, ਆਪ ਪਾਰਟੀ ਦੇ ਸਰਪੰਚ ਦਾ ਕਤਲ ਹੋਇਆ, ਹਾਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਆ ਜਨਵਰੀ ਤਰਨ ਤਾਰਨ ਹਲਕੇ ਦੀ ਗੱਲ ਕਰਾਂ, ਅੱਡਾ ਚਬਾਲ ਦੇ ਸਰਪੰਚ ਦਾ ਕਤਲ ਹੋਇਆ, ਕੋਈ ਸ਼ੂਟਰ ਦੀ ਗ੍ਰਿਫਤਾਰੀ ਨਹੀਂ ਹੋਈ, ਕਿੰਨਿਆਂ ਨੂੰ ਫਰੌਤੀਆਂ, ਕੋਈ ਚੰਗਾ ਕਾਰੋਬਾਰੀ ਨਹੀਂ ਬਚਿਆ, ਲੋਕ ਚੰਗੇ ਭਲੇ ਰੋਟੀ ਖਾਂਦੇ ਵਿਦੇਸ਼ਾਂ ਨੂੰ ਜਾ ਰਹੇ ਨੇ, ਇਹ ਗੱਲਾਂ ਕਰ ਰਹੇ ਨੇ ਝੂਠ ਤੇ ਝੂਠ ਕੇ। ਅਸੀਂ ਕੰਮ ਬੜੇ ਕੀਤੇ, ਅਗਰ ਕੰਮ ਕੀਤੇ ਹੁੰਦੇ ਤਾਂ ਡਿੰਪੀ ਢਿੱਲੋਂ ਨੂੰ ਲਿਆਉਣ ਦੀ ਲੋੜ ਨਾ ਪੈਂਦੀ। ਵਿਛਾਉਣ ਵਾਲੇ ਮਲਹੋਤਰਾ ਸਾਹਿਬ ਅਗਰ ਕੰਮ ਕੀਤੇ ਹੁੰਦੇ ਤੁਹਾਡੇ ਵਰਗੇ ਵਰਕਰਾਂ ਨੂੰ ਚੋਣ ਲੜਾਉਂਦੇ, ਨਾ ਕਿ ਇਹੋ ਜੇ ਦਲ ਬਦਲੂਆਂ ਨੂੰ ਚੋਣ ਲੜਾਉਂਦੇ ਜਿਹੜੇ ਦਲ ਬਦਲ ਕੇ ਆਏ ਨੇ। ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ? ਕਿਹੜੇ ਕੰਮਾਂ ਦੀ ਦੁਹਾਈ ਦਿੰਦੇ ਹੋ ਤੁਸੀਂ? ਝੂਠ ਤੇ ਝੂਠ ਮਾਰ ਰਹੇ ਹੋ। ਦਲ ਬਦਲ ਨੂੰ ਲੀਡਰੀ ਤਾਂ ਸ਼ਾਮਲ ਕਰਨੇ ਪੈ ਰਿਹਾ ਕਿਉਂਕਿ ਤੁਹਾਡੇ ਕੋਲ ਹੈ ਨੀ। ਮਲਹੋਤਰਾ ਸਾਹਿਬ ਦਾ ਲੌਜਿਕ ਸੁਣ ਲਈਏ, ਤਰਕ ਸੁਣ ਲਈਏ, ਫਿਰ ਮੈਂ ਦੁਬਾਰਾ ਆਉਣਾ ਤੁਹਾਡੇ ਕੋਲ। ਮਲਹੋਤਰਾ ਜੀ ਤੁਸੀਂ ਵਿੱਚ ਡਿਸਟਰਬ ਨਾ ਕਰੋ ਇੱਕ ਦੂਜੇ ਨੂੰ, ਤੁਸੀਂ ਕੀ ਕਹਿਣਾ ਚਾਹੁੰਦੇ ਹੁਣ ਕਹਿ ਲਓ, ਫਿਰ ਮੈਂ ਦੁਬਾਰਾ ਆਡਾ ਕੋਲ ਚਲਾ ਜਾਣਾ। ਵਾਲੀਆ ਸਾਹਿਬ, ਸਾਰੀ ਦੁਨੀਆ ਜਾਣਦੀ ਹੈ ਪੰਜਾਬ ਚ ਗੈਂਗਸਟਰਸ ਕਿਸਨੇ ਪੈਦਾ ਕੀਤੇ, ਇਹਨਾਂ ਦੇ ਤਨਾਡ ਤੇ ਬੇਈਮਾਨ ਲੀਡਰਾਂ ਨੇ ਗੈਂਗਸਟਰਸ ਪੈਦਾ ਕੀਤੇ, ਔਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਹੁਣ ਗੈਂਗਸਟਰਸ ਨੂੰ ਕੰਟਰੋਲ ਕੀਤਾ ਹੈਗਾ। ਔਰ ਜਿਹੜੇ ਝੋਨੇ ਦੀ ਵਾਰ ਵਾਰ ਇਹ ਗੱਲ ਕਰਦੇ ਹੈ, ਸਾਰੇ ਜਾਣਦੇ ਹੈ ਕਿ ਜਿਹੜੇ FCI ਨੇ ਝੋਨਾ ਚੁੱਕਣਾ ਸੀਗਾ ਗੋਦਾਮਾਂ ਚੋਂ, FCI ਕਿਸ ਦੇ ਅਧੀਨ ਹੈ? ਕੇਂਦਰ ਦੇ ਅਧੀਨ ਹੈ। ਪਤਾ ਨੀ ਲੱਗਦਾ, ਸ਼ਾਇਦ ਕਾਂਗਰਸ ਦੱਬੀ ਹੋਈ ਹੈ ਬੀਜੇਪੀ ਤੋਂ, ਇਸ ਲਈ ਬੀਜੇਪੀ ਦੇ ਖਿਲਾਫ਼ ਬੋਲ ਨਹੀਂ ਰਹੇ। ਫਿੱਟੇ ਮੂੰਹੋਟਿਆਂ ਦੇ ਉਹ ਇਹ ਉਹ ਗੱਲ ਕਰਦੇ ਨੇ। ਪਹਿਲੀ ਗੱਲ, ਦੋ ਗੱਲਾਂ ਕਹੀਆਂ ਨੇ ਮਲਹੋਤਰਾ ਜੀ ਨੇ। ਪਹਿਲੀ ਗੱਲ ਤਾਂ ਗੈਂਗਸਟਰ ਕਿਸ ਨੇ ਪੈਦਾ ਕੀਤੇ? ਉਹ ਭਾਈ ਕਿਸੇ ਨੇ ਪੈਦਾ ਕੀਤੇ ਮਲਹੋਤਰਾ ਜੀ, ਤੁਹਾਡੀ ਸਰਕਾਰ ਆ, 3 ਸਾਲ ਹੋਣ ਵਾਲੇ ਆ, ਰੱਬ ਦੇ ਵਾਸਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੋ। ਜਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈਗੀ ਆ, ਉਹ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸਾਰੇ TV ਚੈਨਲ, ਮੀਡੀਆ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਸਾਰੇ ਦੁਹਾਈ ਦੇ ਰਹੇ ਨੇ ਜੋ ਹਾਲਾਤ ਹੋ ਰਹੇ ਨੇ। ਅੱਛਾ, ਇਸ ਤੋਂ ਅੱਗੇ ਮੈਂ ਜੇ ਗੱਲ ਕਰਾਂ ਤਾਂ ਤੁਹਾਡੀ ਜਿਹਦੀ ਲਿਫਟਿੰਗ ਦੀ ਆਪਾਂ ਗੱਲ ਕਰਦੇ ਹਾਂ, ਝੋਨੇ ਦੀ ਗੱਲ ਕਰਦੇ ਹਾਂ, ਜੋ ਇਹ ਕਹਿੰਦੇ ਵੀ ਇਹਨਾਂ ਦਾ BJP ਦਾ ਜ਼ਿੰਮੇਵਾਰੀ ਬਣਦੀ ਸੀ। ਸੋ ਸਰਕਾਰ ਪੰਜਾਬ ਦੇ ਵਿੱਚ, ਮਲਹੋਤਰਾ ਜੀ ਤੁਸੀਂ ਚਲਾ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ, ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕਿ ਹਰੇਕ ਪੰਜਾਬੀ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇ। ਕਿਸਾਨ ਮੰਡੀਆਂ ਦੇ ਵਿੱਚ ਰੋਲ ਰਹੇ ਸਨ,
ਹੁਣ ਵੀ ਹਜੇ ਵੀ ਤੱਕ ਵੀ ਉਹ ਜਿਹੜੀ ਜਿਹੜਾ ਹਾਲਾਤ ਇੰਨੇ ਵਧੀਆ ਠੀਕ ਨਹੀਂ ਹੋਏ ਤਾਂ ਤੁਸੀਂ ਦੇਖੋ ਕਾਲੀ ਦੀਵਾਲੀ ਲੋਕਾਂ ਨੇ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਮਨਾਈ ਆ। ਜਦੋਂ ਵੀ ਕੋਈ ਹਾਲਾਤ ਹੁੰਦੇ ਨੇ, ਕੋਈ ਮਾਹੌਲ ਅੱਗੇ ਆਉਣਾ ਹੁੰਦਾ ਤਾਂ ਫਸਲ ਤੁਹਾਨੂੰ ਪਤਾ ਆ ਰਹੀ ਆ ਤੇ ਸਪੇਸ ਉਹਨਾਂ ਨੂੰ ਤੁਸੀਂ ਦੇਣੀ ਆ, ਸਰਕਾਰ ਨੇ ਮੁਹੱਈਆ ਕਰਾਉਣੀ ਆ। ਜੇ ਤੁਹਾਡੇ ਕੋਲੇ ਕੋਈ ਸਪੇਸ ਹੈ ਨਹੀਂ ਤਾਂ ਫਿਰ ਤੁਸੀਂ ਕੇਂਦਰ ਸਰਕਾਰ ਨਾਲ ਔਰ ਕੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਰੇਲਾਂ ਜਿਹੜੀਆਂ ਸੀਗੀਆਂ ਉਹ ਭਰ ਕੇ ਟ੍ਰੇਨਾਂ ਜਿਹੜੀਆਂ ਇੱਥੋਂ ਮਾਲ ਜਾ ਚੁੱਕਿਆ ਸੀ, ਫਿਰ ਵੀ ਤੁਸੀਂ ਉਹਦੇ ਨਾ ਕੋਈ ਉਹਦੀ ਕੀਤੀ ਹੈਗੀ ਆ, ਖਰੀਦ ਕੀਤੀ ਆ, ਨਾ ਤੁਸੀਂ ਲਿਫਟਿੰਗ ਕਰਾਈ ਆ। ਸਟੈਗਿੰਗ ਮੰਡੀਆਂ ਦੇ ਵਿੱਚ ਕਿੰਨੀ ਕਿੰਨੀ ਹੋਈ ਆ, ਔਰ ਇੰਨਾ ਪਵਿੱਤਰ ਦੀਵਾਲੀ ਦਾ ਬੰਦੀ ਛੋੜ ਦਿਵਸ, ਉਹਨਾਂ ਦਿਨਾਂ ਦੇ ਵਿੱਚ ਲੋਕ ਜਿਹੜੇ ਹੈਗੇ ਆ ਮੰਡੀ ਦੇ ਵਿੱਚ ਬੈਠੇ ਹੋਣ ਤੇ ਬੱਚੇ ਉਹਨਾਂ ਦੇ ਘਰੇ ਬਾਪੂ ਸਾਡਾ ਆਊਗਾ, ਕੋਈ ਮਠਿਆਈ ਲੈ ਆਊਗਾ, ਦਵਾਈ ਬਣਾਵਾਂਗੇ। ਸੋ ਇੰਨੀ ਕਿਸੇ ਸਰਕਾਰ ਦੇ ਵਿੱਚ ਇੰਨੀਆਂ ਸਰਕਾਰ ਇੰਨੀ ਦੁਰਦਸ਼ਾ ਕਿਸੇ ਹਾਲਾਤ ਦੇ ਵਿੱਚ ਨਹੀਂ ਹੋਏ, ਤੇ ਜੋ ਇਹ ਹੈਗਾ ਕਿ ਬਦਲਾਵ ਵਾਲੀ ਸਰਕਾਰ। ਤੁਹਾਡੀ ਆਵਾਜ਼ ਹਾਂ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲ, ਕੋਈ ਗੱਲ ਨੀ, ਤੇ ਬਲਹੋਤਰਾ ਸਾਹਿਬ ਦਾ ਪੱਖ ਜਵਾਬ ਸੁਣ ਲਈਏ, ਉਹਨਾਂ ਦਾ ਇਸ਼ਾਰਾ ਮੈਂ ਦੇਖ ਲਿਆ। ਹਾਂਜੀ ਬਲਹੋਤਰਾ ਜੀ। ਹਾਂਜੀ ਸੰਧੂ ਸਾਹਿਬ ਬੜੇ ਖੁਸ਼ ਹੋ ਕੇ ਕਹਿ ਰਹੇ ਹੈ ਕਿ ਜੀ ਪਹਿਲਾਂ ਤਾਂ ਲੋਕਾਂ ਨੇ ਸਾਡਾ ਵਿਰੋਧ ਕੀਤਾ ਸੀ, ਇਸ ਵਾਰੀ ਸਾਨੂੰ ਕਿਸੇ ਨੇ ਰੋਕਿਆ ਨਹੀਂ। ਉਹ ਜਨਾਬ ਲੋਕ ਜਾਣਦੇ ਆ ਕਿ ਕਿਸੇ ਜੋਗੇ ਨਹੀਂ ਹੈਗੇ, ਜਿੱਥੇ ਤੁਰਦੇ ਫਿਰਦੇ ਇਹਨਾਂ ਨੂੰ ਤੁਰਨ ਫਿਰਨ ਦਿਓ, ਇਸ ਕਰਕੇ ਤੁਹਾਨੂੰ ਰੋਕਿਆ ਨਹੀਂ, ਨਹੀਂ ਤਾਂ ਪੰਜਾਬ ਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ। ਔਰ ਦੂਸਰਾ ਇਹ ਗੈਂਗਸਟਰਸ ਦੀ ਗੱਲ ਕਰ ਰਹੇ ਸਾਹਮਣੇ ਆ ਜਾਣਾ ਜੀ। ਇੱਕ ਮਿੰਟ ਸੁਣ ਲਓ, ਹੁਣ ਸਾਰੀ ਦੁਨੀਆ ਦੇ ਸਾਹਮਣੇ ਨੰਗੀ ਹੋ ਗਈ ਭਾਜਪਾ, ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਚ ਰੱਖ ਕੇ ਤੁਸੀਂ ਉੱਥੋਂ ਉਹਦਾ ਗੈਂਗਿਜ਼ਮ ਚਲਾ ਰਹੇ ਹੋ, ਉਹਦੀਆਂ ਕਾਰਵਾਈਆਂ ਚਲਾ ਰਹੇ ਹੋ, ਹੈ ਕਿਧਰੇ ਵਿਦੇਸ਼ਾਂ ਚੋਂ ਕਤਲ ਕਰਾਉਣ ਦੇ ਕਲੇਮਸ ਕਰ ਰਿਹਾ ਹੈਗਾ, ਔਰ ਸਾਰੇ ਦੇਸ਼ ਦਾ ਨਾਮ ਬਦਨਾਮ ਕਰਾ ਰਹੇ ਹੋ ਤੁਸੀਂ। ਤੁਹਾਨੂੰ ਤੁਹਾਡੀ ਪਾਰਟੀ ਨੂੰ ਸ਼ਰਮ ਆਣੀ ਚਾਹੀਦੀ ਹੈ। ਔਰ ਜਿਹੜੇ ਨਸ਼ੇ ਟਨਾਂ ਦੇ ਟਨ ਮੁੰਦਰਾ ਪੋਰਟ ਤੋਂ ਦੇਸ਼ ਵਿੱਚ ਆ ਰਹੇ ਹਨ, 3-3 ਟਨ ਨਸ਼ਾ ਕਿਧਰੇ ਦੁਨੀਆਂ ਚ ਸੁਣਿਆ ਤੁਸੀਂ? 3-3 ਟਨ ਨਸ਼ਾ ਤੁਹਾਡੇ ਸਿਰਫ ਤੇ ਸਿਰਫ ਮੁੰਦਰਾ ਪੋਰਟ ਤੋਂ ਦੇਸ਼ ਦੇ ਵਿੱਚ ਆ ਰਿਹਾ, ਔਰ ਸਾਰੇ ਦੇਸ਼ ਵਿੱਚ ਘੁੰਮ ਵੰਡਿਆ ਜਾ ਰਿਹਾ ਹੈਗਾ, ਵਿਕ ਰਿਹਾ ਹੈਗਾ ਸਾਰੇ। ਯਾਨੀ ਕਿ ਇੱਕ ਜ਼ਿੰਮੇਵਾਰ ਸਰਕਾਰ ਤੋਂ ਇਸ ਚੀਜ਼ ਦੀ ਉਮੀਦ ਨਹੀਂ ਕੀਤੀ ਜਾਂਦੀ, ਪਰ ਜ਼ਿੰਮੇਵਾਰੀ ਨਾਮ ਦੀ ਚੀਜ਼ ਤੁਸੀਂ ਜਾਣਦੇ ਨਹੀਂ ਹੈਗੇ। ਔਰ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਲੱਖਾਂ ਕਰੋੜ ਤੁਸੀਂ ਮਾਫ ਕਰਤੇ, ਔਰ ਹਰ ਰੋਜ਼ 2022 ਵਿੱਚ 114 ਮਜ਼ਦੂਰ ਤੇ 31 ਕਿਸਾਨ ਆਤਮ ਹੱਤਿਆ ਕਰਦੇ ਰਹੇ, ਤੁਹਾਡੇ ਕਿਸੇ ਕਾਰਪੋਰੇਟ ਘਰਾਣੇ ਦੇ ਬੰਦੇ ਨੇ ਕੀਤਾ ਆਤਮ ਹੱਤਿਆ ਕੀਤੀ ਹੈ? ਤੁਹਾਡੀਆਂ ਪ੍ਰਾਇੋਰਟੀਜ਼ ਹੀ ਅਲੱਗ ਹੈ। ਤੁਸੀਂ ਅਮੀਰਾਂ ਲਈ ਕੰਮ ਕਰਦੇ ਹੋ, ਧਨਾਡਾਂ ਲਈ ਕੰਮ ਕਰਦੇ ਹੋ, ਆਮ ਲੋਕਾਂ ਨੂੰ ਤੁਸੀਂ ਲੁੱਟਦੇ ਹੋ, ਚਾਹੇ ਉਹ GST ਹੈ ਤੇ ਚਾਹੇ ਇਨਕਮ ਟੈਕਸ ਹੈ ਤੇ ਚਾਹੇ ਕੁਛ ਹੈਗਾ। ਸੋ ਸਾਰਾ ਦੇਸ਼ ਜਾਣਦਾ ਹੈ ਕਿ ਵੀ ਤੁਸੀਂ ਕਿਸ ਤਰੀਕੇ ਨਾਲ ਕਿਹਦੇ ਲਈ ਕੰਮ ਕਰਦੇ ਹੋ, ਪਰ ਪਤਾ ਨਹੀਂ ਰੱਬ ਜਾਣੇ ਤੁਸੀਂ ਜਿੱਤ ਕਿਵੇਂ ਜਾਂਦੇ ਹੋ, ਇਹ ਆਉਣ ਵਾਲੇ ਸਮੇਂ ਦੁਨੀਆਂ ਨੂੰ ਪਤਾ ਚੱਲੇਗਾ। ਈਵੀਐਮ ਵਾਲੇ ਪਾਸੇ ਹਲੇ ਸ਼ੇਅਰ ਨਾ ਕਰੋ, ਤੇ ਜੇ ਤੁਸੀਂ ਜਦੋਂ ਤੁਹਾਡੇ ਬੰਦੇ ਜਿੱਤਦੇ ਨੇ ਉਦੋਂ ਈਵੀਐਮ ਠੀਕ ਹੋ ਜਾਂਦੀ ਹੈ, ਵੀ ਇਹਨਾਂ ਕੋਲ ਵੀ ਲੌਜਿਕ ਹੈ। ਸਰ ਸਰ ਇੱਕ ਮਿੰਟ ਵਾਲੀਆ ਸਾਹਿਬ, ਸਾਡੇ ਕੰਟਰੋਲ ਵਿੱਚ ਕੋਈ ਅਥਾਰਟੀ ਨਹੀਂ ਹੈ, ਇਲੈਕਸ਼ਨ ਕਮਿਸ਼ਨ ਭਾਜਪਾ ਦੇ ਕੰਟਰੋਲ ਚ ਚੱਲ ਰਿਹਾ ਕਿਉਂਕਿ ਇਹਨਾਂ ਨੇ ਅਪੁਆਇੰਟ ਕੀਤਾ ਹੈਗਾ। ਸੋ ਅਸੀਂ ਉਸ ਗੜਬੜ ਦੇ ਬਾਵਜੂਦ ਜਿੱਤ ਰਹੇ ਹਾਂ ਜਾਂ ਜਿੱਤਦੇ ਹਾਂ? ਆਪਾਂ ਹਲੇ ਇਸ ਤਰ੍ਹਾਂ ਹਲੇ ਤਾਂ ਪੋਲਿੰਗ ਹੋ ਰਹੀ ਹੈ ਮਲਹੋਤਰਾ ਜੀ, ਇਹ ਮੈਂ ਸਮਝਦਾ ਜਿਹੜੇ ਮੁੱਦੇ ਤੇ ਤੁਸੀਂ ਸਾਰੇ ਗੱਲ ਕਰ ਰਹੇ ਹੋ ਲੋਕਾਂ ਚ ਗਏ ਨੇ, ਸਾਰੇ ਕਿਤੇ ਇਸ ਤਰ੍ਹਾਂ ਹੀ ਹੋਇਆ ਤੇ ਹੋਣਾ ਵੀ ਚਾਹੀਦਾ, ਆਹੀ ਤਾਂ ਲੋਕਤੰਤਰ ਹੈ। ਹਾਂ ਸੰਧੂ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ? ਸੰਧੂ ਸਾਹਿਬ ਕੁਛ ਕਹਿਣਾ ਚਾਹੁੰਦੇ? ਇੱਕ ਤਾਂ ਇਹ ਕਹਿੰਦੇ ਜੀ ਜਿਹੜੇ ਚੋਣ ਕਮਿਸ਼ਨ ਜਿਹੜਾ ਹੈਗਾ ਇਹਨਾਂ ਦੇ ਮੁਤਾਬਕ ਚੱਲਦਾ, ਤੁਸੀਂ ਚੋਣ ਕਮਿਸ਼ਨ ਤੇ ਕੋਈ ਵੀ ਇਸ ਤਰ੍ਹਾਂ ਦੀ ਉਂਗਲ ਨਹੀਂ ਉਠਾ ਸਕਦੇ, ਉਹ ਸਾਰਿਆਂ ਦਾ ਪੂਰੇ ਭਾਰਤ ਦਾ ਚੋਣ ਕਮਿਸ਼ਨ ਹੈਗਾ, ਉਹਨੇ ਇੰਪਾਰਸ਼ਲ ਜਿਹੜਾ ਕੰਮ ਉਹਨੇ ਕਰਨਾ ਹੁੰਦਾ।
ਔਰ ਇੱਕ ਮੈਂ ਮਲਹੋਤਰਾ ਜੀ ਨੂੰ ਇੰਨੀ ਜ਼ਰੂਰ ਬੇਨਤੀ ਕਰੂੰਗਾ ਵਾਲੀਆ ਜੀ, ਤੁਹਾਡੇ ਚੈਨਲ ਤੋਂ ਬੜੇ ਸਿਆਣੇ ਲੱਗਦੇ ਨੇ, ਸੂਝਵਾਨ ਨੇ, ਮੇਰੇ ਨਾਲ ਤਾਂ ਪਹਿਲੀ ਵਾਰੀ ਅੱਜ ਬੈਠੇ ਨੇ, ਪਰ ਸ਼ਬਦਾਂ ਦੀ ਗਰਮਾ ਜ਼ਰੂਰ ਰੱਖੋ। ਮਲਹੋਤਰਾ ਜੀ ਤੁਹਾਡੇ ਨਾਲ ਮੈਂ ਭੈੜੇ ਸ਼ਬਦ ਬੋਲ ਸਕਦਾ, ਉੱਚੀ ਆਵਾਜ਼ ਬੋਲ ਸਕਦਾ, ਕਿਸੇ ਹੋਰ ਲਹਿਜੇ ਚ ਬੋਲ ਸਕਦਾ, ਤੇ ਅਸੀਂ ਕਰਕੇ ਅਸੀਂ ਸੱਚ ਨਾ ਬੋਲੀਏ ਤਾਂ ਫਿਰ ਲਾਹਨਤ ਹੈ, ਲਾਹਨਤ ਹੈ ਸਾਡੇ ਤੇ। ਜੇ ਦੇਸ਼ ਦੁਖਦਾ ਹੋਵੇ ਤੇ ਅਸੀਂ ਸੱਚ ਨਾ ਬੋਲੀਏ। ਅੱਗੇ ਆਪਾਂ ਮੈਨੂੰ ਗੱਲ ਕਰਨ ਦਿਓ ਜੀ ਆਪਣੀ ਪੂਰੀ। ਲਾਰੈਂਸ ਬਿਸ਼ਨੋਈ ਦੀ ਗੱਲ ਇਹਨਾਂ ਨੇ ਕੀਤੀ ਹੈ ਜੀ, ਮੈਨੂੰ ਦੱਸੋਗੇ ਕਿ ਜਿਹੜੀ ਉਹਦੀ ਇੰਟਰਵਿਊ ਹੋਈ ਸੀ ਜਿਹੜੀ ਅੱਜ ਕੱਲ ਪੂਰੀ ਮਿੱਟੀ ਪੱਟੀ ਜਾ ਰਹੀ ਹੈ ਪੂਰੀ ਦੁਨੀਆ ਦੇ ਵਿੱਚ, ਉਹ ਤੁਹਾਡੀ ਸਰਕਾਰ ਚ ਤਾਂ ਨਹੀਂ ਹੋਈ ਕਿਤੇ? ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਹੋਈ ਆ ਬਰੇ ਕਿਉਂ ਵੀ ਪੰਜਾਬ ਦੇ? ਤੁਸੀਂ ਨਾ ਬੋਲੋ ਪਲੀਜ਼, ਹੁਣ ਮੈਨੂੰ ਮੈਨੂੰ ਗੱਲ ਕਰਨ ਦਿਓ। ਔਰ ਤੁਸੀਂ ਇਹ ਦੱਸੋਗੇ ਵੀ ਉਹ ਕਿਉਂ ਮੁੱਕਰੇ, ਕਿਉਂ ਤੁਸੀਂ ਕੋਰਟ ਦੇ ਵਿੱਚ ਜਾ ਕੇ ਕਹਿਤਾ ਕਿ ਪੰਜਾਬ ਦੇ ਵਿੱਚ ਇਹ ਜਿਹੜੀ ਇੰਟਰਵਿਊ ਹੋਈ ਨੀ ਜੀ? ਸੋ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਲੋਕਾਂ ਨੂੰ ਪਤਾ ਹੈ, ਲੋਕ ਜਾਣਦੇ ਨੇ। ਤੁਸੀਂ ਕਹਿੰਦੇ ਆ ਵੀ ਲੋਕਾਂ ਨੂੰ ਇਹ ਹੈਗਾ ਕਿ ਬੀਜੇਪੀ ਦੇ ਪੱਲੇ ਕੁਛ ਹੈ ਨੀ, ਤੁਸੀਂ ਆਪ ਹੀ ਕਿਹਾ ਵੀ ਜਿੱਤ ਕਿਵੇਂ ਜਾਂਦੇ ਨੇ, ਉਹਦਾ ਜਵਾਬ ਚਲੋ ਵਾਲੀਆ ਸਾਹਿਬ ਨੇ ਦੇਤਾ ਬਾਖੂਬੀ, ਪਰ ਹੁਣ ਵੀ ਤੁਸੀਂ ਦੇਖੋਗੇ ਚਾਰੇ ਸੀਟਾਂ ਅਸੀਂ ਜਿੱਤਾਂਗੇ, ਲੋਕ ਪਿਆਰ ਕਰਦੇ ਨੇ, ਤੁਹਾਨੂੰ ਡਰ ਕਹਿੰਦਾ ਹੈ? ਤੁਸੀਂ ਮੈਨੂੰ ਦੱਸੋ, ਤੁਸੀਂ ਤਾਂ ਹੱਸ ਹਰਿਆਣਾ ਦੀ ਸਰਕਾਰ ਬਣਨੇ ਵੇਲੇ ਵੀ ਤੁਸੀਂ ਹੱਸਦੇ ਸੀ ਵੀ ਅਸੀਂ ਉੱਥੇ ਜੀ ਅਸੀਂ ਤੁਹਾਡੇ ਸਾਹਮਣੇ ਜਵਾਬ ਦਿੱਤਾ, ਔਰ ਲੋਕ ਪਿਆਰ ਕਰਦੇ ਨੇ ਭਾਰਤੀ ਜਨਤਾ ਪਾਰਟੀ ਨੂੰ, ਇਹ ਗੱਲ ਤਾਂ ਸਪਸ਼ਟ ਹੋ ਗਈ ਕਿ ਹੁਣ ਵੀ ਜਿਹੜੀ ਡੇਰਾ ਬਾਬਾ ਨਾਨਕ ਵਿਖੇ ਇੱਕ ਗੈਂਗਸਟਰ ਵੱਲੋਂ ਖਾਸਮ ਤੌਰ ਤੇ ਕਾਂਗਰਸੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹ ਕੌਣ ਦੁਆਰਾ ਹੈ, ਉਹਦਾ ਪਰਿਵਾਰ ਕਿਸ ਪਾਰਟੀ ਦੇ ਨੁਮਾਇੰਦੇ ਦੀ ਖੁੱਲ ਕੇ ਸਪੋਰਟ ਕਰ ਰਿਹਾ ਹੈ, ਉਹ ਵੀ ਜੱਗ ਜ਼ਾਹਿਰ ਹੈ। ਤੇ ਜਿੱਥੋਂ ਤੱਕ ਗੱਲ ਲਾਰੈਂਸ ਦੀ ਹੈ, ਲਾਰੈਂਸ ਵਾਲੇ ਮਸਲੇ ਵਿੱਚ ਦੋਨੋਂ ਪਾਰਟੀਆਂ ਘੱਟ ਨੇ। ਬਾਬਾ ਸਦੀਕੀ ਦੇ ਕਤਲਕਾਂਡ, ਸਲਮਾਨ ਖਾਨ ਨੂੰ ਧਮਕੀਆਂ ਤੋਂ ਬਾਅਦ ਲਾਰੈਂਸ ਹੁਣੀ ਜ਼ਿੰਮੇਵਾਰੀ ਲੈਂਦੇ ਨੇ, ਉਹ ਬੈਠਾ ਹੈ ਗੁਜਰਾਤ ਜੇਲ੍ਹ ਦੇ ਵਿੱਚ ਜੋ ਬੀਜੇਪੀ ਦੇ ਅੰਡਰ ਹੈ। ਤੇ ਜਿਹੜੀਆਂ ਉਹਦੀਆਂ ਇੰਟਰਵਿਊ ਹੁੰਦੀਆਂ ਨੇ ਜਿੱਥੋਂ ਉਹ ਗਲੋਰੀਫਾਈ ਹੋਇਆ ਕਿ ਤੂੰ ਆਪਣਾ ਪੱਖ ਰੱਖ, ਫਿਰ ਕੀ ਹੋ ਗਿਆ ਤੂੰ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ, ਤੂੰ ਆਪਣਾ ਪੱਖ ਤੇ ਰੱਖ, ਇਹ ਜਿਹੜੀ ਪੰਜਾਬ ਸਰਕਾਰ ਨੇ ਉਹਦਾ ਪੱਖ ਰਖਾਇਆ ਲਾਈਵ ਟੀਵੀ ਚੈਨਲ ਤੇ, ਉਹ ਸਾਰਾ ਕੰਮ ਸੀ। ਆ ਮਲਹੋਤਰਾ ਸਾਹਿਬ ਬੋਲਦੇ ਨੇ, ਦੇਖੋ ਅਸੀਂ ਤਾਂ ਪਹਿਲੀ ਵਾਰ ਦੇਖਿਆ, ਸ਼ਾਇਦ ਵਾਲੀ ਦਾ ਤੁਸੀਂ ਵੀ ਪਹਿਲੀ ਵਾਰ ਦੇਖਿਆ ਹੋਣਾ ਕਿ ਲਾਈਵ ਟੀਵੀ ਚੈਨਲ ਤੇ ਇੰਟਰਵਿਊਸ ਹੋਣ, ਉਹ ਵੀ ਇੰਨੇ ਵੱਡੇ ਹਾਈ ਪ੍ਰੋਫਾਈਲ ਗੈਂਗਸਟਰ ਦੀ ਜਿਹਨੂੰ ਕਿ ਇੰਨੇ ਵੱਡੇ ਕਤਲ ਕਾਂਡ ਦੇ ਵਿੱਚ ਲੈ ਕੇ ਆਏ ਹੋ। ਤੇ ਹੁਣ ਤਾਂ ਹਾਈ ਕੋਰਟ ਵੀ ਕਹਿ ਰਿਹਾ ਕਿ ਕਿਹੜੇ ਅਫਸਰ ਨੂੰ ਬਚਾਉਣ ਦੀਆਂ ਤੁਸੀਂ ਸਾਜਿਸ਼ਾਂ ਕਰ ਰਹੇ ਹੋ, ਕਿਉਂ ਨੀ ਇੱਕ ਖਾਸ ਅਫਸਰ ਨੂੰ ਤੁਸੀਂ ਸਸਪੈਂਡ ਕਰ ਰਹੇ, ਉਸਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ? ਮਤਲਬ ਕਿ ਸਰਕਾਰ ਦੀ ਸ਼ਹਿ ਚ ਇੰਟਰਵਿਊ ਹੋਈ ਸੀ, ਤੇ ਪਹਿਲਾਂ ਸਰਕਾਰ ਕਹਿੰਦੀ ਰਹੀ ਜੀ ਇੱਥੇ ਇੰਟਰਵਿਊ ਹੋਈ ਨੀ, ਹੋਈ ਨੀ, ਤੇ ਅੱਜ 1.5 ਸਾਲ ਬਾਅਦ ਪਤਾ ਲੱਗਾ ਕਿ ਕਿੰਨੇ ਇੰਟਰਵਿਊ ਕਰਵਾਈ ਹੈ, ਕਿਉਂ ਕਰਵਾਈ ਹੈ, ਇਸ ਤੋਂ ਵੀ ਪਰਦਾ ਉਠਾ ਦਿਓ। ਸੋ ਬਹੁਤ ਸਾਰੇ ਮੁੱਦੇ ਨੇ ਵਾਲੀਆ ਸਾਹਿਬ ਜਿਹਦੇ ਤੋਂ ਪੰਜਾਬ ਦੇ ਲੋਕ ਪਰੇਸ਼ਾਨ, ਉਹ ਪਰੇਸ਼ਾਨ ਐਡਵੋਕੇਟ ਢਿੱਲੋਂ, ਮੰਨ ਲਈ ਤੁਹਾਡੀ ਗੱਲ, ਇੱਕ ਇੰਟਰਵਿਊ ਤਾਂ ਖੰਡ ਦੇ ਵਿੱਚ ਹੋ ਗਈ, ਲੇਕਿਨ ਜਿਹੜੀ ਰਾਜਸਥਾਨ ਚ ਇੰਟਰਵਿਊ ਹੋਈ ਹੈ ਉਹ ਵੀ ਆਮ ਆਦਮੀ ਪਾਰਟੀ ਨੇ ਕਰਾਤੀ, ਇਹਦਾ ਮਤਲਬ ਤਾਰਾਂ ਤਾਂ ਕਿਤੇ ਹੋਰ ਹੀ ਜੁੜੀਆਂ ਹੋਈਆਂ ਨੇ। ਐ ਨਾ ਕਰੀਏ ਆਪਾਂ ਲਫਾਖੋਸ਼ੀ। ਮਾਲੀਆ ਸਾਹਿਬ ਮੈਂ ਤਾਂ ਕਹਿ ਰਿਹਾ ਕਿ ਜਿੱਥੇ ਵੀ ਤਾਰਾਂ ਜੁੜੀਆਂ ਹੋਣ ਪੰਜਾਬ ਦੇ ਵਿੱਚ, ਇਹਨਾਂ ਦੀ ਸਰਕਾਰ ਹੈ, ਕੇਂਦਰ ਕੇਂਦਰ ਹੋਮ ਮਿਨਿਸਟਰੀ ਹੈ, ਸਭ ਤੇ ਉਹਨਾਂ ਦਾ ਕੰਟਰੋਲ ਹੈ, ਏਜੰਸੀਆਂ ਉਹਨਾਂ ਦੀਆਂ ਹੈ, ਕੋਈ ਵੀ ਗੈਂਗਸਟਰ ਹੈ ਜਿਹੜਾ ਵੀ ਉਹਦੇ ਨਾਲ ਰਲਿਆ ਹੋਵੇ, ਇਰਰਿਸਪੈਕਟਿਵ ਆਫ ਐਨੀਵਨ, ਚਾਹੇ ਕੋਈ ਕਾਂਗਰਸੀ ਕਿਉਂ ਨਾ ਰਲਿਆ ਹੋਵੇ, ਉਹਦੇ ਖਿਲਾਫ ਕਾਰਵਾਈ ਕਰੋ, ਉਸਨੂੰ ਗਲੋਰੀਫਾਈ ਕਰਕੇ ਉਸਨੂੰ ਹੀਰੋ ਨਾ ਬਣਾਓ। ਹੁਣ ਮਹਾਰਾਸ਼ਟਰ ਦੇ
ਤੁਸੀਂ ਐਡਵੋਕੇਟ ਹੋ ਤਾਂ ਮਾਨਯੋਗ ਹਾਈ ਕੋਰਟ ਨੇ ਤਾਂ ਇਹ ਵੀ ਕਹਿਤਾ ਵੀ ਡੀਜੀਪੀ ਪੰਜਾਬ ਆਪਦਾ ਪੱਖ ਉਹ ਸਕ੍ਰਿਪਟ ਦੇਵੇ ਜਿਹੜੀ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਤਾਂ ਇੰਟਰਵਿਊ ਨਹੀਂ ਹੋਈ ਤੇ ਬਾਕੀ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਦੋਂ 3 ਨਵੰਬਰ ਨੂੰ ਹਿੰਦੂ ਸਭਾ ਮੰਦਿਰ ਬਰੈਂਪਟਨ ਦੇ ਵਿੱਚ ਜੋ ਕੁਛ ਹੋਇਆ ਉਦੋਂ ਬਾਅਦ 4 ਨਵੰਬਰ ਨੂੰ ਜੋ ਉੱਥੇ ਪ੍ਰੋਟੈਸਟ ਹੋਇਆ ਉਹਦੇ ਵਿੱਚ ਜਿਹੜਾ ਹੈ ਲਾਰੈਂਸ ਬਿਸ਼ਨੋਈ ਜਿੰਦਾਬਾਦ ਦੇ ਨਾਅਰੇ ਲੱਗੇ ਨੇ ਬਹੁਤ ਕੁਛ ਹੈ ਪਰ ਅੱਜ ਆਪਣਾ ਮੁੱਦਾ ਇਹ ਨਹੀਂ ਹੈ ਆਪਣਾ ਮੁੱਦਾ ਜਿਹੜੀ ਪੋਲਿੰਗ ਹੋ ਰਹੀ ਹੈ ਉਹ ਕਿਸ ਕਿਸ ਪਾਸੇ ਨੂੰ ਜਾਊਗੀ ਉਹਦੇ ਅਸੀਂ ਥੋੜੀ ਚਰਚਾ ਕਰ ਰਹੇ ਹਾਂ ਤੇ ਚਰਚਾ ਜਾਰੀ ਰੱਖਾਂਗੇ ਇੱਕ ਬ੍ਰੇਕ ਲੈ ਲਈਏ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਲ ਫਿਰ ਦੱਸੋ 4 ਵਿਧਾਨ ਸਭਾ ਹਲਕੇ 3 ਪਾਰਟੀ 3 ਤਿਕੋਣੇ ਮੁਕਾਬਲੇ ਨੇ ਜਿਹੜੀਆਂ ਜਿਹੜੀਆਂ ਪਾਰਟੀਆਂ ਮੈਦਾਨ ਚ ਨੇ ਜਿਹੜੀਆਂ ਜਿਨ੍ਹਾਂ ਚ ਆਪਸ ਚ ਫਾਈਟ ਹੈ ਮਤਲਬ ਜਿਹੜੀ ਲੜਾਈ ਚ ਨੇ ਜਿਹੜੀਆਂ ਜਿਹਨੂੰ ਬੰਦੇ ਤਾਂ 45 ਉਮੀਦਵਾਰ ਨੇ ਮੈਂ ਉਹਨਾਂ ਦਾ ਜ਼ਿਕਰ ਨਹੀਂ ਜਿਹੜੀਆਂ 3 ਮੇਜਰ ਪਾਰਟੀਆਂ ਨੇ ਆਮ ਆਦਮੀ ਪਾਰਟੀ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਜਿਹਨਾਂ ਕੋਲ ਪਹਿਲਾਂ 3 ਜਿਹੜੇ ਹਲਕੇ ਸੀ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਇਕੱਲੀ ਲੜ ਰਹੀ ਹੈ ਲੇਕਿਨ ਜਿਹੜੇ ਉਮੀਦਵਾਰਾਂ ਦਾ ਜੇ ਦੇਖੀਏ ਬੈਕਗ੍ਰਾਉਂਡ ਜੇ ਦਿੱਗਜ ਜਿਹੜੀ ਗੱਲ ਕਰਦੇ ਆ ਜਿਹੜਾ 4-5 ਵਾਰੀ ਮਨਪ੍ਰੀਤ ਸਿੰਘ ਬਾਦਲ 3 ਵਾਰੀ ਤਾਂ ਉਹ ਫਾਈਨਾਂਸ ਮਿਨਿਸਟਰ ਰਹੇ ਕੇਵਲ ਸਿੰਘ ਢਿੱਲੋਂ ਸੋਹਣ ਸਿੰਘ ਢਿੱਲੋਂ ਟੰਡਲ ਇਹ ਸਭ ਜਿਹੜੇ ਨੇ ਸਿਰਫ ਇਹਨਾਂ ਦਾ ਜੇ ਇੱਕ ਉਮੀਦਵਾਰ ਰਵੀ ਖਾਲੋ ਉਹਦੇ ਪਿਤਾ ਜੀ ਰਹੇ ਯਾਨੀ ਭਾਰਤੀ ਜਨਤਾ ਪਾਰਟੀ ਭਾਵੇਂ ਪਹਿਲੀ ਵਾਰ ਇਕੱਲੀ ਲੜ ਰਹੀ ਹੈ ਲੇਕਿਨ ਇਹਨਾਂ ਦੇ ਉਮੀਦਵਾਰ ਕਾਫੀ ਸਟਰੋਂਗ ਨੇ ਪਰ ਲੋਕ ਕਿੱਧਰ ਜਾਂਦੇ ਨੇ ਫਤਵਾ ਕਿਹਨੂੰ ਦਿੰਦੇ ਨੇ ਇਹ ਤਾਂ ਧੀ ਨੂੰ ਪਤਾ ਲੱਗੂ ਲੇਕਿਨ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਇਸ਼ੂਜ਼ ਤੇ ਲੜਾਈ ਰਹੀ ਜਾਂ ਕੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਪਾਰਟੀਆਂ ਬਾਰੇ ਚੱਲਦਾ ਮਹੇਸ਼ ਸ਼ਰਮਾ ਜੀ 3 ਪਾਰਟੀਆਂ ਨੇ ਆਪਣੇ ਆਪਣੀ ਗੱਲ ਰੱਖੀ ਹੈ ਤੁਹਾਡੀ ਇੱਕ ਟਿੱਪਣੀ ਤੋਂ ਬਾਅਦ ਇੱਕ ਵਾਰੀ ਮੈਂ ਫੇਰ ਇਹਨਾਂ ਕੋਲ ਜਾਊਂਗਾ ਤੁਸੀਂ ਕੀ ਸੋਚ ਰਹੇ ਹੋ ਸੀਨੀਅਰ ਪੱਤਰਕਾਰ ਦੇ ਤੌਰ ਤੇ ਵਾਲੀਆ ਸਾਹਿਬ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੇਖੋ ਇੱਕ ਗੱਲ ਤਾਂ ਮੈਂ ਆਊਟਰਾਈਟਲੀ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਹੈ ਜਿਹੜੇ ਲੋਕਾਂ ਦਾ ਜਿਹੜਾ ਮਾਈਂਡ ਸੈਟ ਹੈ ਲੋਕਾਂ ਨੇ ਇਹ ਜਿਹੜੀ 2022 ਇਲੈਕਸ਼ਨ ਹੈ ਇਹਨੂੰ ਬਾਜੀ ਮੰਨਿਆ ਹੀ ਨਹੀਂ ਉਹ ਇਸ ਨੂੰ ਇੱਕ ਸਿੰਪਲ ਇਲੈਕਸ਼ਨ ਜਿਹੜਾ ਹੈ ਇਦਾਂ ਦੀ ਰਸਮ ਸਮਝ ਰਹੇ ਨੇ ਕਿ ਵੀ ਹੁਣ ਥੋੜਾ ਜਿਹਾ ਟਾਈਮ ਰਹਿ ਗਿਆ ਇਹਦੇ ਨਾਲ ਕੋਈ ਐਡਾ ਵੱਡਾ ਜਿਹੜਾ ਹੈ ਫਰਕ ਨਹੀਂ ਪੈਣ ਲੱਗਿਆ ਨਾ ਹੀ ਕਿਸੇ ਸਿਆਸੀ ਪਾਰਟੀ ਨੇ ਇਸ ਚੀਜ਼ ਨੂੰ ਇਹ ਕਿਹਾ ਆਪਣੇ ਵੀ ਪੈਨਲਿਸਟ ਵੀ ਬੈਠੇ ਨੇ ਇਹਨਾਂ ਨੂੰ ਹਾਲੇ ਵੀ ਹੋ ਸਕਦਾ ਕਿਸੇ ਨੇ ਸ਼ਾਇਦ ਇਸ ਵੱਲ ਇਸ਼ਾਰਾ ਕਰਨਾ ਹੋਵੇ ਇਸ ਇਲੈਕਸ਼ਨ ਦੇ ਆਊਟਕਮ ਨੂੰ ਕਿਸੇ ਨੇ ਰੈਫਰੈਂਡਮ ਨਹੀਂ ਮੰਨਣਾ ਕਿਸੇ ਨੇ ਇਹ ਨਹੀਂ ਕਹਿਣਾ ਕਿ ਵੀ ਮੈਂ ਹਾਰ ਗਿਆ ਤਾਂ ਮੇਰੀ ਹਾਰ ਹੋਊਗੀ ਜਾਂ ਮੈਂ ਜਿੱਤ ਗਿਆ ਤਾਂ ਮਤਲਬ ਇਸ ਸੁਪਰਮੇਸੀ ਹੋਗੀ ਇਹ ਗੱਲ ਹੋਣੀ ਨਹੀਂ ਇਸ ਕਰਕੇ ਇਸ ਇਲੈਕਸ਼ਨ ਦੇ ਵਿੱਚ ਤਦੇ ਹੀ ਇਹ ਪੂਰੇ ਸੂਬੇ ਦੀ ਇਲੈਕਸ਼ਨ ਨਹੀਂ ਬਣ ਸਕੀ ਇਹ ਸਿਰਫ ਉੱਥੇ ਉੱਥੇ ਦੀ ਇਲੈਕਸ਼ਨ ਹੈ ਜ਼ਿਆਦਾ ਜਾਂ ਥੋੜਾ ਜਿਹਾ ਰੇਡੀਅਸ 'ਚ ਬਾਹਰ ਨੂੰ ਨਿਕਲ ਲਈਏ ਜਿੱਥੇ ਇੱਥੇ ਇਲੈਕਸ਼ਨ ਹੋ ਰਹੀ ਹੈ ਜਿਹੜੀ ਆਸ ਤੋਂ ਉਲਟ ਗੱਲ ਹੋਈ ਹੈ ਹੋ ਸਕਦਾ ਉਹਨਾਂ 'ਚ ਮੈਂ ਵੀ ਹੋਵਾਂ ਤੁਸੀਂ ਵੀ ਸਾਰੇ ਹੋਵੋ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਸ ਇਲੈਕਸ਼ਨ 'ਚੋਂ ਬਾਹਰ ਹੈ ਉਹ ਘਰ ਬੈਠ ਕੇ ਪਾਸਕੂ ਦਾ ਕੰਮ ਕਰੂਗਾ ਇਹ ਵੀ ਨਹੀਂ ਹੋਇਆ ਕਿਸੇ ਵੀ ਚਾਰੇ ਜਗ੍ਹਾ ਤੋਂ ਇੱਦਾਂ ਦੀ ਆਵਾਜ਼ ਨਹੀਂ ਆਈ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਕਿਉਂਕਿ ਜਿਹੜਾ ਉਹਦਾ ਵੋਟਰ ਹੈ ਉਹ ਡਿਲੀਊਟ ਹੋ ਗਿਆ ਉਹ ਮਤਲਬ ਮਰਜ਼ੀ ਮਰਜ਼ੀ ਨਾਲ ਆਪਣੇ ਆਪ ਕਿਸੇ ਪਾਸੇ ਚਲਿਆ ਗਿਆ ਦੇਖਣ ਨੂੰ ਪਹਿਲਾਂ ਇਹ ਲੱਗਦਾ ਸੀ ਕਿ ਜੇ ਇਹ ਇਲੈਕਸ਼ਨ ਨਹੀਂ ਲੜਦੇ ਰਸਮੀ ਤੌਰ ਤੇ
ਤਾਂ ਇਹ ਜਿੱਧਰ ਨੂੰ ਚਲੇ ਗਏ ਉਧਰਲੇ ਪਾਸੇ ਜਿਹੜਾ ਪੱਖ ਹੈ ਉਲਾਰੂ ਹੋ ਜੂਗਾ, ਏਦਾਂ ਦੀ ਗੱਲ ਵੀ ਕਿਤੇ ਦੇਖਣ ਨੂੰ ਨਹੀਂ, ਮਤਲਬ ਏਦਾਂ ਦੀ ਗੱਲ ਜਿਹੜੀ ਹੈ ਮਤਲਬ ਕਿਤੇ ਗੱਲ ਕਿਤੇ ਵੀ ਸਾਨੂੰ ਮਿਲੀ ਨਹੀਂ। ਹਾਂ ਇਸ ਇਲੈਕਸ਼ਨ ਨਹੀਂ, ਇਸ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਨੂੰ ਬਰੀਦਰ ਮਿਲਿਆ, ਪਰ ਜਿਹੜੀ ਗੱਲ ਪਹਿਲਾਂ ਸਾਡੇ ਆਮ ਆਦਮੀ ਪਾਰਟੀ ਦੇ ਮਲਹੋਤਰਾ ਜੀ ਨੇ ਕਹੀ, ਉਹ ਅੱਜ ਕੱਲ੍ਹ ਨਾ ਇੱਕ ਬਹੁਤ ਬੜਾ ਉਹ ਚੱਲ ਰਿਹਾ ਮੈਸੇਜ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਵੀ ਇਹ ਨਾ ਪੁੱਛੋ ਬਈ ਆਜ਼ਾਦੀ ਕਿਵੇਂ ਮਿਲੀ, ਇਹ ਪੁੱਛੋ ਬਈ ਅਸੀਂ ਗੁਲਾਮ ਕਿਵੇਂ ਹੋਏ। ਤਾਂ ਉਹਨਾਂ ਨੇ ਜਿਹੜਾ ਤੁਹਾਡਾ ਸਵਾਲ ਕੱਟਿਆ ਨਾ ਵੀ ਮਤਲਬ ਵੀ ਤੁਸੀਂ ਇਹ ਅਸੀਂ ਜਿੱਤਾਂਗੇ ਕਿਉਂ ਨਹੀਂ, ਤੇ ਤਿੰਨੇ ਪਾਰਟੀਆਂ ਇਹ ਕਹਿੰਦੀਆਂ ਨੇ ਤੁਸੀਂ ਤਾਂ, ਬਲਕਿ ਮਤਲਬ ਹੋ ਸਕਦਾ ਸ਼ਾਮ ਨੂੰ ਸ਼ਾਮ ਤੱਕ ਕੋਈ ਇਤਰਾਜ਼ ਆ ਜਾਏ ਕਿ ਵੀ ਜਿਹੜੇ ਬੰਦੇ ਘਰੇ ਬੈਠ ਜਿਨ੍ਹਾਂ ਨੂੰ ਆਪਾਂ ਮਤਲਬ ਪੈਨਲਿਸਟ ਨਹੀਂ ਹੈਗੇ, ਜਿਹੜੀਆਂ ਪਾਰਟੀਆਂ ਨੂੰ ਮੇਜਰ ਪਾਰਟੀ ਨਹੀਂ ਮੰਨਿਆ ਤੁਸੀਂ ਜਾਂ ਜਿਹੜੇ ਕੈਂਡੀਡੇਟ ਨੂੰ, ਉਹਨੇ ਕਹਿਣਾ ਮੈਂ ਜਿੱਤ ਰਿਹਾ, ਇਹ ਕਿਵੇਂ ਹੋ ਸਕਦਾ। ਇਹ ਇਹਨਾਂ ਦੇ ਦਾਅਵੇ ਅਤੇ ਪ੍ਰਤੀ ਦਾਅਵੇ ਨੇ ਜਿਹੜੇ ਉਹ ਜਾਇਜ਼ ਹੀ ਹੁੰਦੇ ਨੇ, ਸਾਰਿਆਂ ਦੇ ਹੀ ਜਿਹੜਾ ਜਾਇਜ਼ ਹੁੰਦੇ ਨੇ। ਬਾਕੀ ਹੁਣ ਤੱਕ ਦੀਆਂ ਜਿਹੜੀਆਂ ਆਪਣੀਆਂ ਪਿਛਲੇ ਸਮੇਂ ਦੀਆਂ ਆਊਟਕਮ ਨਿਕਲੇ ਨੇ, ਚਾਹੇ ਕੋਈ ਅਨੈਲਿਸਿਸ ਵੀ ਹੋਏ ਨੇ, ਉਹਨਾਂ ਨੇ ਕਿਸੇ ਨਾਲ ਯਥਾਰਥ ਨਹੀਂ ਕੀਤਾ, ਕਿਸੇ ਨਾਲ ਕੋਈ ਏਦਾਂ ਦੀ ਸੰਜੀਦਗੀ ਵਾਲੀ ਆਊਟਕਮ ਨਹੀਂ ਨਿਕਲਿਆ। ਤੁਹਾਡੇ ਵਾਲੀ ਗੱਲ ਜ਼ਿਆਦਾ ਸਹੀ ਹੈ ਵੀ 23 ਤਰੀਕ ਦੀ ਉਡੀਕ ਹੈ ਜਿਹੜੀ ਉਹ ਕਰਨੀ ਬਣਨੀ ਹੈ। ਹਾਂ ਇੱਕ ਚੀਜ਼ ਜਿਹੜੀ ਥੋੜੀ ਜਿਹੀ ਮੇਰੇ ਲੋਕਾਂ ਦੇ ਨਾਲ ਜਿਹੜਾ ਵਾਰਤਾਲਾਪ ਤੋਂ ਬਾਅਦ ਦੇ ਵਿੱਚੋਂ ਸਾਹਮਣੇ ਆਈ ਹੈ, ਜਿਹੜੀ ਚੀਜ਼ ਅਸੀਂ ਇਹ ਗੱਲ ਕਰ ਰਹੇ ਹਾਂ, ਸੰਧੂ ਸਾਹਿਬ ਨੇ ਵੀ ਕਿਹਾ ਕਿ ਵੀ ਬੀਜੇਪੀ ਦਾ ਵਿਰੋਧ ਨਹੀਂ ਹੋਇਆ, ਜਿਹੜਾ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਵਿਰੋਧ ਹੋਇਆ ਉਸਦਾ ਨਿਰਾ ਪੂਰਾ ਨੁਕਸਾਨ ਨਹੀਂ ਹੋਇਆ ਬੀਜੇਪੀ ਨੂੰ। ਬੀਜੇਪੀ ਦਾ ਜਿੰਨਾ ਵਿਰੋਧ ਪਿੰਡਾਂ ਵਿੱਚ ਹੁੰਦਾ ਸੀ 19 ਅਰਬਨ ਵੋਟ ਉਹਦੀ ਕੰਸੋਲੀਡੇਟ ਹੁੰਦੀ ਸੀ, ਹਿੰਦੂ ਵੋਟ ਕੰਸੋਲੀਡੇਟ ਹੁੰਦੀ ਸੀ, ਇਸ ਕਰਕੇ ਉਹ ਜਿਹੜਾ ਇਹ ਇੱਕ ਪੈਰਾਮੀਟਰ ਨਹੀਂ ਹੈ ਕਿ ਵੀ ਚਾਰ ਬੰਦਿਆਂ ਨੇ ਝੰਡੇ ਦਿਖਾਏ ਜਾਂ ਕਿਸੇ ਵੀ ਸੰਸਥਾ ਨੇ ਦਿਖਾਏ, ਉਹਦੇ ਨਾਲ ਇੱਕ ਗੱਲ ਲਾਰੂ ਹੋ ਜੂਗੀ। ਇਹ ਲਗਭਗ ਹੈ ਜਿਹੜੀ ਮਤਲਬ ਵੀ ਡੈਮੋਕਰੇਟਿਕ ਢੰਗ ਨਾਲ ਇਲੈਕਸ਼ਨ ਹੋ ਰਹੀ ਹੈ, ਸਾਰਿਆਂ ਨਾਲੋਂ ਵੱਡੀ ਸੰਜੀਦਗੀ ਵਾਲੀ ਗੱਲ ਹੈ। ਵੋਟਰ ਨਾ ਆਪਣੀ ਗੱਲ ਕਿਸੇ ਨੂੰ ਦੱਸ ਰਿਹਾ ਔਰ ਨਾ ਹੀ ਉਹ ਇੰਨਾ ਕਿਸੇ ਨੂੰ ਮਤਲਬ ਪ੍ਰੈਸ਼ਰਾਈਜ਼ ਕਰ ਰਿਹਾ। ਇਸ ਤਰ੍ਹਾਂ ਦੀਆਂ ਵੀ ਗੱਲਾਂ ਨੇ, ਪਰਸਨਲ ਲੈਵਲ ਦੇ ਉੱਤੇ ਕਿਸੇ ਨੂੰ ਇਹ ਨਹੀਂ ਕਿਹਾ ਜਾ ਰਿਹਾ ਕਿ ਵੀ ਮੇਰੀ ਤਾਂ ਇੱਜ਼ਤ ਦਾ ਸਵਾਲ ਹੈ। ਇਸ ਇਲੈਕਸ਼ਨ ਨੂੰ ਇੱਜ਼ਤ ਦਾ ਸਵਾਲ ਵੋਟਰ ਨੇ ਨਹੀਂ ਬਣਾਇਆ, ਪਾਰਟੀ ਲਈ ਹੁੰਦਾ, ਕੈਂਡੀਡੇਟ ਤਾਂ ਹਰ ਇਲੈਕਸ਼ਨ ਹੈ ਜਿਹੜਾ ਉਹ ਆਪਣਾ ਇੱਜ਼ਤ ਦਾ ਸਵਾਲ ਹੁੰਦਾ, ਉਹਦੇ ਲਈ ਉਹ ਜਿਉਣ ਮਰਨ ਦੀ ਲੜਾਈ ਹੁੰਦੀ ਹੈ, ਲੇਕਿਨ ਜਿਹੜਾ ਵੋਟਰ ਹੈ ਚਾਰੇ ਕੰਸਟੀਚੁਐਂਸੀਆਂ ਦੇ ਵਿੱਚ ਔਰ ਬਾਹਰ ਵੀ, ਉਹਨੇ ਇਸ ਨੂੰ ਇਹ ਨਹੀਂ ਹੈ ਕਿ ਵੀ ਮਤਲਬ ਜੇ ਹੁਣ ਮੇਰੀ ਪਾਰਟੀ ਹਾਰ ਗਈ, ਮੇਰਾ ਕੈਂਡੀਡੇਟ ਹਾਰ ਗਿਆ, ਤਾਂ ਵੀ ਸ਼ਾਇਦ ਵੀ ਉਸ ਤੋਂ ਬਾਅਦ ਨਮੋਸ਼ੀ ਕਿਸੇ ਤੇ ਨਹੀਂ ਆਉਣੀ, ਨਾ ਹੀ ਕਿਸੇ ਦੇ ਉੱਤੇ ਮਤਲਬ ਬਾਛਾ ਖੇਡਣੀਆਂ ਨੇ। ਹਰੇਕ ਨੇ ਇਸ ਚੀਜ਼ ਨੂੰ ਆਪਣੀ ਜਿੱਤ ਹੈ ਜਿਹੜੀ ਉਹ ਦਰਸਾਉਣਾ ਹੈ। ਇਹ ਪੋਲੀਟੀਕਲ ਲੀਡਰ ਦੀ ਸਾਡਾ ਮਾਇੰਡ ਸੈੱਟ ਹੈ, ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਉੱਪਰ ਰੱਖਣੀ ਰੱਖਣੀ ਹੈ। ਤੁਹਾਡੇ ਸਾਹਮਣੇ 23 ਤੋਂ ਬਾਅਦ ਆ ਜਾਣਾ, ਸਾਰਿਆਂ ਨੇ ਬਿਆਨ ਦੇਣੇ ਨੇ। ਚਲੋ ਇਹ ਠੀਕ ਹੈ, ਪਰ ਦੋ ਤਿੰਨ ਗੱਲਾਂ ਤੁਹਾਡੇ ਜਿਹੜੀ ਤੁਹਾਡੀ ਸਟੇਟਮੈਂਟ ਹੈ ਮਹੇਸ਼ ਸ਼ਰਮਾ ਜੀ ਉਹਦੇ ਚ ਨਿਕਲ ਰਹੇ ਨੇ ਜੀ, ਤਾਂ ਕਰਨੀ ਬਣਦੀ ਹੈ। ਪਹਿਲੀ ਤਾਂ ਗੱਲ ਤੁਸੀਂ ਗੱਲ ਕਹੀ ਜੋ ਸੰਧੂ ਸਾਹਿਬ ਨੇ ਕਹੀ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਨਹੀਂ ਹੋਇਆ, ਤੁਸੀਂ ਕਿਹਾ ਬਿਲਕੁਲ ਨਹੀਂ ਹੋਇਆ, ਪਰ ਇਹਦਾ ਬਿਲਕੁਲ ਤੁਸੀਂ ਸਹੀ ਇਸ਼ਾਰਾ ਕੀਤਾ ਹੈ ਕਿ ਇਹ ਰਵਨੀਤ ਬਿੱਟੂ ਦਾ ਜਿਹੜਾ ਇਹ ਕਹਿਣਾ ਜਿਹੜੇ ਕਿਸਾਨ ਲੀਡਰਾਂ ਤੋਂ, ਉਹ ਵੀ ਕਿਸੇ ਰਣਨੀਤੀ ਦਾ ਹਿੱਸਾ ਸੀ। ਤੇ ਦੂਜੀ ਗੱਲ ਇਹ ਵੀ ਹੋਈ ਕਿ ਖਾਸ ਭਾਈਚਾਰੇ ਦੇ ਵਿੱਚ ਖਾਸ ਤੌਰ ਤੇ ਗਿੱਦੜਵਾਹ ਚ ਇਹ ਗੱਲ ਦੇਖਣ ਨੂੰ ਮਿਲੀ ਕਿ ਜੀ ਜਦੋਂ ਸਾਡਾ ਬੰਦਾ ਖੜਾ ਸੀ ਹੰਸਰਾਜ ਹੰਸ, ਉਦੋਂ ਤਾਂ ਤੁਸੀਂ ਵਿਰੋਧ ਕਰਦੇ ਸੀ, ਹੁਣ ਕਿਉਂ ਨੀ ਵਿਰੋਧ ਕਰਦੇ? ਇਹਦਾ ਮਤਲਬ ਕਿ ਕਾਫੀ ਕੁਛ ਜਿਹੜਾ ਹੈ ਇਹ ਅੰਦਰੋਂ ਅੰਦਰੀ ਹੈ, ਇਹਨੂੰ ਸਮਝਣ ਦੀ ਲੋੜ ਹੈ। ਜਿਹੜੇ ਲੈਵਲ ਹੁੰਦੇ ਨੇ, ਕਈ ਪੱਖ ਹੁੰਦੇ ਨੇ, ਉਹਨਾਂ ਚ ਇੱਕ ਪੱਖ ਇਹ ਵੀ ਹੈ, ਵੱਡੀ ਕਿਸਾਨੀ ਛੋਟੀ ਕਿਸਾਨੀ ਬੜੇ ਪੱਖ ਨੇ, ਇਹ ਵੀ ਗੱਲ ਹੈ। ਅਕਾਲੀਆਂ ਦੀ ਗੱਲ ਚੱਲੀਏ, ਬਿਲਕੁਲ ਅਕਾਲੀ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਨੇ,
ਇਸ ਵਾਰ ਅਕਾਲੀਆਂ ਦਾ ਜਿਹੜਾ ਚੋਣ ਨਾ ਲੜਨਾ ਇਸ ਇਲੈਕਸ਼ਨ ਦੇ ਵਿੱਚ ਕਈਆਂ ਨੂੰ ਭਾਰੂ ਪੈ ਸਕਦਾ। ਹੁਣ ਤੁਸੀਂ ਦੇਖਿਆ ਜਿਸ ਤਰੀਕੇ ਨਾਲ ਸੁੱਚਾ ਸਿੰਘ ਲੰਗਾਹ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਐਲਾਨ ਕਰਕੇ ਕਿ ਐਲਾਨੀਆ ਕਿਹਾ ਕਿ ਬਹਿਸ ਹੋਰ ਵੀ ਸੈਟਲ ਕਰਨਾ ਇਹਦੇ ਨਾਲ ਸੁਰਿੰਦਰ ਰੰਧਾਵਾ ਨਾਲ, ਤੇ ਦੂਜੇ ਪਾਸੇ ਉਹਨਾਂ ਨੇ ਗੁਰਦੀਪ ਸਿੰਘ ਰੰਧਾਵਾ ਦੀ ਮਦਦ ਦਾ ਐਲਾਨ ਕੀਤਾ। ਜਿਸ ਤਰ੍ਹਾਂ ਬਰਨਾਲਾ ਦੇ ਵਿੱਚ ਮਜੀਠੀਆ ਨੇ ਗੋਬਿੰਦ ਸਿੰਘ ਸੰਧੂ ਦਾ ਜਿਹੜਾ ਹੈ ਐਲਾਨ ਕੀਤਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਨੁਮਾਇੰਦਾ। ਸੋ ਇਹ ਜਿਹੜਾ ਕੁਛ ਹੋਇਆ ਅਕਾਲੀਆ ਦਾ, ਇਹ ਜਿਹੜੀ ਅਕਾਲੀ ਵੋਟ ਆ ਭਾਵੇਂ ਜਿੰਨੇ ਮਰਜ਼ੀ ਪਰਸੈਂਟ ਹੈ, ਇਹਦਾ ਇਹ ਇਸ ਪਾਸੇ ਨੂੰ ਵੀ ਸੋਚਣ ਦੀ ਲੋੜ ਹੈ। ਇੱਕ ਹੋਰ ਪੱਖ ਹੈ ਜਿਹੜਾ ਮਹੇਸ਼ ਸ਼ਰਮਾ ਜੀ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਬਾਜੀ ਨਹੀਂ ਹੈ, ਕੌਣ ਜਿੱਤੂ ਬਾਜੀ, ਬਾਜੀ ਚਾਹੇ ਜੋ ਵੀ ਹੋਵੇ, ਜ਼ਰੂਰੀ ਨਹੀਂ ਕਿ ਬਾਜੀ ਪੈਸਿਆਂ ਨਾਲ ਖੇਡੀ ਜਾਂਦੀ ਹੈ, ਬਾਜੀ ਕਈ ਵਾਰ ਜਿੱਤਣ ਲਈ ਵੀ ਖੇਡੀ ਜਾਂਦੀ ਹੁੰਦੀ ਹੈ, ਹਾਰ ਹਾਰ ਹੁੰਦੀ ਹੈ, ਜਿੱਤ ਜਿੱਤ ਹੁੰਦੀ ਹੈ। ਇਹ ਜਿਹੜੀ ਜਿਹੜੀ ਆਪ ਦੇ ਚਾਰ ਕੰਸਟੀਚੁਐਂਸੀ ਚ ਜਿਹੜੀ ਜਿੱਤ ਹਾਰ ਹੈ ਨਾ, ਇਹ ਬੜੇ ਸੰਕੇਤ ਦਿੰਦੀ ਹੈ, ਤੇ ਉਹ ਸੰਕੇਤ ਜਿਹੜੇ ਹੋਣਗੇ ਭਵਿੱਖ ਦੇ ਵਿੱਚ ਬੜਾ ਫਾਇਦਾ ਜਾਂ ਨੁਕਸਾਨ ਕਰਦੇ ਨੇ ਪਾਰਟੀਆਂ ਨੂੰ। ਜੇ ਸੱਤਾਧਾਰੀ ਧਿਰ ਜਿੱਤਦੀ ਹੈ ਤਾਂ ਆਹ ਜਿਹੜੇ ਦਾਅਵੇ ਕਰ ਰਹੇ ਨੇ ਨਾ ਮਲਹੋਤਰਾ ਸਾਹਿਬ ਬੈਠੇ ਕਿ ਅਸੀਂ ਇੰਨਾ ਕੰਮ ਕੀਤਾ, ਇੰਨੀਆਂ ਨੌਕਰੀਆਂ ਦਿੱਤੀਆਂ, ਤੇ ਅਸੀਂ ਬਿਜਲੀ ਫ੍ਰੀ ਕੀਤੀ, ਇਹਦਾ ਮਤਲਬ ਕਿ ਇਹਨਾਂ ਨੂੰ ਮੈਂਡੇਟ ਦੇਤਾ ਲੋਕਾਂ ਨੇ, ਜੇ ਨਹੀਂ ਜਿੱਤਦੇ ਤਾਂ ਉਹ ਦਾਅਵੇ ਖਾਰਜ ਹੋ ਜਾਂਦੇ ਨੇ। ਜਿਵੇਂ ਐਡਵੋਕੇਟ ਢਿੱਲੋਂ ਕਹਿ ਰਹੇ ਨੇ ਬਿਲਕੁਲ, ਜੇ ਕਰਜ਼ੇ ਦੀ ਗੱਲ ਹੈ, ਜੇ ਕਾਂਗਰਸ ਜਿੱਤੀ ਹੈ ਤਾਂ ਇਹਦਾ ਮਤਲਬ ਕਿ ਲੋਕ ਨਾ ਖੁਸ਼ ਨੇ, ਤੇ ਇਹ ਸਾਰਾ ਜੇ ਲਿਫਟਿੰਗ ਦੀ ਗੱਲ ਚੱਲੀ ਹੈ, ਸੰਧੂ ਸਾਹਿਬ ਦੇ ਜੇ ਨੁਮਾਇੰਦੇ ਨਹੀਂ ਜਿੱਤਦੇ ਜਿਹੜੇ ਇਹਨਾਂ ਦੇ ਆਪਦੇ ਉਮੀਦਵਾਰ ਨੇ, ਤਾਂ ਗੱਲ ਕਿਉਂ ਇਸ ਨੂੰ ਸਮਝ ਆਇਆ ਜਾਏਗਾ। ਜੇ ਬਹੁਤ ਜ਼ਿਆਦਾ ਵੋਟ ਇਕੱਲੇ ਲੈ ਜਾਂਦੇ ਨੇ ਆਉਣ ਵਾਲੇ ਟਾਈਮ ਚ, ਬਿਲਕੁਲ ਜਿਵੇਂ ਲੋਕ ਸਭਾ ਦੀਆਂ ਚੋਣਾਂ ਚ ਹੋਇਆ 18% ਲੈ ਗਏ, ਤੇ ਇਹ ਇਸ ਨੂੰ ਬਿਲਕੁਲ ਪੋਜ਼ਿਟਿਵਲੀ ਲੋਕਾਂ ਨੇ ਲਿਆ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਵੀ ਜੜ ਲੱਗ ਰਹੀ ਹੈ। ਬਹੁਤ ਸਾਰੇ ਸੰਕੇਤ ਹੁੰਦੇ ਨੇ ਮਹੇਸ਼ ਸ਼ਰਮਾ ਜੀ ਜਦੋਂ ਇਸ ਤਰ੍ਹਾਂ ਦੀ ਇਲੈਕਸ਼ਨ ਹੁੰਦੀ ਹੈ। ਖੈਰ ਇੱਕ ਛੋਟੇ ਛੋਟੇ ਟਿੱਪਣੀਆਂ ਸਭ ਤੋਂ ਮਲਹੋਤਰਾ ਸਾਹਿਬ ਵਾਲੀਆ ਸਾਹਿਬ, 23 ਨੂੰ ਰਿਜ਼ਲਟ ਆ ਜਾਣੇ ਨੇ ਔਰ ਤੁਸੀਂ ਦੇਖੋਗੇ ਕਿ ਲੋਕ ਇਹ ਜਿਹੜੀਆਂ ਚੋਣਾਂ ਨੇ ਇਸ ਵਿੱਚ ਪਹਿਲਾਂ ਹੀ ਸਰਕਾਰ ਬਣੀ ਹੋਈ ਹੈ ਔਰ ਲੋਕ ਇਹ ਸਮਝਦੇ ਨੇ ਕਿ ਜੇ ਸਰਕਾਰ ਦਾ ਨੁਮਾਇੰਦਾ ਹੋਏਗਾ ਤਾਂ ਉਹ ਕੰਮ ਕਰਾ ਸਕੇਗਾ, ਸਕੀਮਾਂ ਲਿਆ ਸਕੇਗਾ, ਫੰਡ ਲਿਆ ਸਕੇਗਾ, ਉਹਨਾਂ ਦੇ ਹੋਰ ਸਰਕਾਰੀ ਦਰਬਾਰੇ ਸੁਣਵਾਈ ਹੋਏਗੀ। ਸੋ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਬਹੁਤ ਅੱਛੇ ਲੈਵਲ ਤੇ ਨੇ ਔਰ ਲੋਕਾਂ ਦੇ ਕੰਮ ਵੀ ਹੋਏ ਨੇ, ਜ਼ਿੰਦਗੀ ਵੀ ਸੁਖਾਲੀ ਹੋਈ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਚਾਰੋਂ ਦੀਆਂ ਚਾਰੋਂ ਸੀਟਾਂ ਅਸੀਂ ਜਿੱਤਾਂਗੇ। ਜੀ ਮਲਹੋਤਰਾ ਜੀ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਡੀ ਸਰਕਾਰ ਅਸੀਂ ਕੰਮ ਕਰਾਵਾਂਗੇ, ਤਾਂ ਇੱਥੋਂ ਇਹੀ ਗੱਲ ਆਉਂਦੀ ਹੈ ਨਾ ਫਿਰ ਕਿ ਜਦੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਵੀ ਡਬਲ ਇੰਜਨ ਦੀ ਸਰਕਾਰ ਹੋਊ ਤਾਂ ਕੰਮ ਹੋਣਗੇ। ਯਾਨੀ ਇਹ ਜਿਹੜਾ ਇਹ ਵੀ ਇੱਕ ਆਪਣੇ ਆਪ ਚ ਲੋਕਤੰਤਰ ਚ ਸੋਚਣ ਵਾਲੀ ਗੱਲ ਹੈ ਕਿ ਅਸੀਂ ਕੀ ਕਿਸ ਕਿਸਮ ਦਾ ਡਿਓਰ ਕਰਦੇ ਹਾਂ ਜਿਹੜੇ ਵੋਟਰ ਨੂੰ। ਇਹ ਵੀ ਪਿਆਰੇ ਦਰਸ਼ਕੋ ਗੱਲ ਹੁੰਦੀ ਹੈ, ਤਾਂ ਹੀ ਤਾਂ ਕਹਿੰਦੇ ਨੇ ਜਦੋਂ ਚੁਣਦੀ ਨਹੀਂ ਸੱਤਾਧਾਰੀ ਧਿਰ ਨੂੰ ਤਾਂ ਹੀ ਪਤਾ ਹੁੰਦਾ। ਮਲਹੋਤਰਾ ਜੀ ਕੋਈ ਗੱਲ ਨੀ, ਆਪਾਂ ਡਿਬੇਟ ਹੀ ਕਰ ਰਹੇ ਹਾਂ, ਕਿਹੜੀ ਗੱਲ ਹੈ, ਤੁਸੀਂ ਆਪਦਾ ਪੱਖ ਰੱਖ ਲਿਆ। ਐਡਵੋਕੇਟ ਢਿੱਲੋਂ ਸਾਹਿਬ ਵਾਲੀਆ ਸਾਹਿਬ, ਦੇਖੋ ਮਲਹੋਤਰਾ ਸਾਹਿਬ ਨੇ ਤੁਹਾਡੇ ਟੀਵੀ ਤੋਂ ਹੀ ਸਪਸ਼ਟ ਕਰ ਦਿੱਤਾ ਤੇ ਵੋਟਰਸ ਨੂੰ ਇੱਕ ਧਮਕੀ ਦਿੱਤੀ ਹੈ ਕਿ ਜੇ ਤੇ ਤੁਸੀਂ ਸਾਨੂੰ ਜਿਤਾਤਾ ਤੇ ਤੁਹਾਡੇ ਕੰਮ ਹੋ ਜਾਣੇ ਨੇ, ਜੇ ਵਿਰੋਧੀ ਧਿਰ ਨੂੰ ਕਾਂਗਰਸ ਨੂੰ ਜਿਤਾਤਾ ਜਾਂ ਕਿਸੇ ਹੋਰ ਨੂੰ ਜਿਤਾ ਦਿੱਤਾ ਤਾਂ ਤੁਹਾਡਾ ਕੋਈ ਕੰਮ ਹੀ ਨਹੀਂ ਕਰਨਾ। ਇਹ ਉਹੀ ਭਗਵੰਤ ਮਾਨ ਦੀ ਸਰਕਾਰ ਹੈ। ਭਗਵੰਤ ਮਾਨ ਜੀ ਕੀ ਬਿਆਨ ਦਿੰਦੇ ਸਨ ਇਹ ਸਰਪੰਚੀ ਚੋਣਾਂ ਵਿੱਚ ਕਿ ਇਸ ਵਾਰ ਸਰਪੰਚ ਕਿਸੇ ਪਾਰਟੀ ਦਾ ਨਹੀਂ ਬਣਨਾ, ਪਿੰਡ ਦਾ ਬਣਨਾ ਹੈ। ਬਟ ਬਾਅਦ ਵਿੱਚ ਹੋਇਆ ਕਿ ਲੋਕਾਂ ਦੇ ਕਾਗਜ਼ ਰੱਦ, ਕਿਵੇਂ ਆਪਣੇ ਹੀ ਬਣਾਉਣੇ ਨੇ।
ਤੇ ਹੁਣ ਬਾਅਦ ਵਿੱਚ ਸਰਕਾਰ ਇਹਨਾਂ ਦੀ ਕੀ ਕਹਿੰਦੇ ਸੀ, ਆਮ ਆਦਮੀ ਦੀ ਸਰਕਾਰ ਹੈ, ਆਮ ਲੋਕਾਂ ਦੇ ਕੰਮ ਹੋਣਗੇ, ਤੇ ਇਹਨਾਂ ਦੇ ਬੁਲਾਰੇ ਇੱਥੇ ਟੀਵੀ ਤੇ ਬੈਠ ਕੇ ਇਨਡਾਇਰੈਕਟਲੀ ਮਿੱਠੀ ਜਿਹੜੀ ਇੱਕ ਹੁੰਦੀ ਹੈ ਨਾ, ਮਿੱਠਾ ਦਬਕਾ ਮਾਰਦੇ ਨੇ ਕਿ ਫਲਾਣਾ ਜਿਤਾ ਕੇ ਤੇ ਕੋਈ ਕੰਮ ਨਹੀਂ ਹੋਣਾ। ਮਤਲਬ ਲੋਕਤੰਤਰ ਦੇ ਵਿੱਚ ਅਗਰ ਵਿਰੋਧੀ ਧਿਰ ਦਾ ਨੁਮਾਇੰਦਾ ਜਿੱਦਾ ਹੈ ਤੇ ਉਸਨੂੰ ਕੱਖ ਨਹੀਂ ਮਿਲੇਗਾ। ਬਾਕੀ ਮਲਹੋਤਰਾ ਸਾਹਿਬ, ਮੈਂ ਤੁਹਾਨੂੰ ਦੱਸ ਦਵਾਂ, ਤੁਸੀਂ ਜਿੱਤੋ ਜਾਂ ਅਸੀਂ ਜਿੱਤੋ, ਸਰਕਾਰ ਦੇ ਪੱਲੇ ਧੇਲਾ ਨਹੀਂ, ਨਾ ਤੁਹਾਡੇ ਕੋਲ ਦੇਣ ਨੂੰ ਧੇਲਾ ਹੈ, ਨਾ ਤੁਸੀਂ ਕਿਸੇ ਨੂੰ ਦੇਣਾ ਹੈ, ਨਾ ਤੁਸੀਂ ਦੇ ਸਕਦੇ ਹੋ। ਸੋ ਇਹ ਗੱਲ ਆਪਣੇ ਅੱਗੇ ਲੋਕਾਂ ਨੇ MP ਵੀ ਜਿਤਾਏ ਨੇ ਤੇ ਤੁਹਾਡੇ ਇਹੀ ਧਮਕੀ ਭਰੇ ਲਹਿਜੇ ਦੇ ਕਰਕੇ ਲੋਕ ਫਿਰ ਦੁਬਾਰਾ ਕਾਂਗਰਸ ਪਾਰਟੀ ਨੂੰ ਜਿਤਾਉਣਗੇ। ਇਹ ਗੱਲ ਕੰਮ ਕਰਵਾਉਣ ਦੀ, ਮਲਹੋਤਰਾ ਸਾਹਿਬ ਸਾਨੂੰ ਕੰਮ ਕਰਵਾਉਣੇ ਆਉਂਦੇ ਨੇ, ਸਾਨੂੰ ਕੰਮ ਕਰਵਾਉਣੇ ਆਉਂਦੇ ਨੇ ਤੇ ਫਰਵਰੀ ਚ ਇੱਕ ਜਹਾਜ਼ ਲੱਗਣ ਵਾਲਾ ਇੱਥੇ ਪੰਜਾਬ ਦੇ ਵਿੱਚ, ਜਿਹਦੇ ਵਿੱਚ ਤੁਹਾਡੀ ਸਰਕਾਰ ਹੀ ਤੁਸੀਂ ਆਪਣੀ ਬਚਾ ਲਵੋ ਤਾਂ ਬਹੁਤ ਹੋਵੇਗੀ। ਇਹ ਦੂਜੀਆਂ ਵਿਰੋਧੀ ਪਾਰਟੀਆਂ ਨੂੰ ਧਮਕੀਆਂ ਦੇਣੀਆਂ, ਵੋਟਰ ਨੂੰ ਧਮਕੀਆਂ ਦੇਣੀਆਂ, ਇਹ ਟੀਵੀ ਤੇ ਗੱਲ ਸੋਭਾ ਨਹੀਂ ਦਿੰਦੀ। ਕਿਸੇ ਮਾਈਕ ਵਿੱਚ ਬੋਲ ਲਵੋ ਕਿ ਜੇ ਕੰਮ ਕਰਾਉਣੇ ਤਾਂ ਸਾਡੇ ਵੱਲ ਆਵੋ, ਹੋਰ ਗੱਲ ਹੋਈ। ਕੋਈ ਧਮਕੀਆਂ ਨਹੀਂ ਦਿੰਦੇ, ਇਹ ਕਾਮਨ ਸੈਂਸ ਹੈ, ਲੋਕ ਸਮਝਦੇ ਹੈਗੇ ਆ। ਨਹੀਂ ਮਤਲਬ ਉਹ ਜਨਾਬ ਧਮਕੀਆਂ ਤੁਸੀਂ ਦਿੰਦੇ ਸੀ, ਤੁਹਾਡਾ ਪੱਲੂ ਫੜੂ ਉਹਦਾ ਹੀ ਕੰਮ ਹੋਏਗਾ, ਕਿਸੇ ਵਿਰੋਧੀ ਦਾ ਕੰਮ ਕਿਉਂ ਨਹੀਂ ਹੋਏਗਾ ਜਿਹਨੂੰ ਲੋਕਾਂ ਚੁਣਿਆ ਹੈ। ਅਗਰ ਲੋਕਾਂ ਨੇ ਚੁਣਿਆ ਤੁਸੀਂ ਕੌਣ ਹੁੰਦੇ ਹੋ ਕੰਮ ਰਕਾਉਣ ਵਾਲੇ? ਲੇਕਿਨ ਕੱਲ ਸੁਪਰੀਮ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ, ਔਰ ਹੈਰਾਨੀ ਸੁਪਰੀਮ ਕੋਰਟ ਪ੍ਰਗਟ ਕਰ ਰਹੀ ਹੈ, ਦੇਸ਼ ਦੀ ਸਭ ਤੋਂ ਸਰਵਉੱਚ ਅਦਾਲਤ, ਕਿ ਇਹ 3000 ਜਿਹੜੇ ਨੁਮਾਇੰਦੇ ਕਿਵੇਂ ਅਨਅਪੋਜ਼ਡ ਜਿੱਤ ਗਏ, ਯਾਨੀ ਉਹਨਾਂ ਨੂੰ ਇਹਦੇ ਚ ਕੁਛ ਅਦਾਲਤ ਚ ਕਾਲਾ ਲੱਗਦਾ ਹੈ। ਮੈਂ ਜੋ ਮੇਜਰ ਸਾਹਿਬ, ਮੇਜਰ ਮਲਹੋਤਰਾ, ਇਹ ਮੈਂ ਸੁਪਰੀਮ ਕੋਰਟ ਨੂੰ ਕੋਟ ਕਰ ਰਿਹਾ, ਅਦਰਵਾਈਜ਼ ਮੈਂ ਆਪਦੇ ਕੋਲੋਂ ਕੁਛ ਨਹੀਂ ਕਹਿ ਰਿਹਾ, ਤੁਸੀਂ ਕੱਲ ਦੇ ਨਿਊਜ਼ ਪੇਪਰ ਦੇਖ ਸਕਦੇ ਹੋ। ਸਿੱਧੂ ਸਾਹਿਬ, ਤੁਹਾਡੀ ਟਿੱਪਣੀ। ਕਾਂਗਰਸ ਦਾ ਤਾਂ ਜੀ ਦੇਖੋ, ਨਾ ਕੇਂਦਰ ਚ ਸਰਕਾਰ ਆ, ਨਾ ਪੰਜਾਬ ਦੇ ਵਿੱਚ ਸਰਕਾਰ ਆ, ਲੋਕਾਂ ਦੇ ਵਿੱਚ ਜਿੰਨਾ ਕੁ ਆਧਾਰ ਆ ਆਪਾਂ ਨੂੰ ਪਤਾ, 2 ਦਿਨ 23 ਨੂੰ ਸਾਹਮਣੇ ਆ ਜਾਣਾ। ਔਰ ਆਮ ਆਦਮੀ ਪਾਰਟੀ ਦੀ ਜੇ ਮੈਂ ਗੱਲ ਕਰਾਂ, ਜਦੋਂ ਇਹ ਹੋਣ ਦੇ ਵਿੱਚ ਆਏ ਸੀ, ਇਹਨਾਂ ਨੇ ਕਿਹਾ ਸੀ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਟਿਕਟਾਂ ਦੇਵਾਂਗੇ, ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਕੰਮ ਦੇਵਾਂਗੇ, ਉਹਨਾਂ ਨੂੰ ਰਾਜਨੀਤੀ ਵਿੱਚ ਵੀ ਅੱਗੇ ਲੈ ਕੇ ਆਵਾਂਗੇ, ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਾਂਗੇ। ਤੇ ਤੁਸੀਂ ਇਹ ਦੇਖੋ ਵੀ ਚਾਰੇ ਕੈਂਡੀਡੇਟਸ ਦੇ ਵਿੱਚੋਂ ਕਿਹੜਾ ਕੋਈ ਆਮ ਘਰਾਂ ਦੇ ਧੀਆਂ ਪੁੱਤ ਨੂੰ ਕਿਸੇ ਨੂੰ ਟਿਕਟ ਦਿੱਤੀ ਹੈ, ਔਰ ਜਿਹੜੇ ਆਮ ਘਰਾਂ ਦੇ ਧੀਆਂ ਪੁੱਤਾਂ ਦਾ ਹੱਕ ਮਾਰ ਕੇ ਟਿਕਟਾਂ ਉਹਨਾਂ ਨੂੰ ਨਹੀਂ ਦਿੱਤੀਆਂ ਗਈਆਂ, ਉਹ ਪੁੱਠੀਆਂ ਚੁੱਕੀ ਫਿਰਦੇ ਨੇ ਜਵਾਬ ਦੇਣ ਵਾਸਤੇ ਇਸ ਇਲੈਕਸ਼ਨ ਦੇ ਵਿੱਚ, ਜਿਹੜੀਆਂ ਪੋਲਿੰਗ ਚੱਲ ਰਹੀ ਹੈ ਇਸ ਟਾਈਮ, ਤਾਂ ਇਹਦੇ ਵਿੱਚ ਜਿਹੜਾ ਜਵਾਬ ਮਿਲੇਗਾ ਉਹ ਲੋਕ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਜਵਾਬ ਦੇਣਗੇ। ਔਰ ਭਾਰਤੀ ਜਨਤਾ ਪਾਰਟੀ ਨੇ ਜੋ ਸੁਧਾਰ ਕੀਤਾ ਹੈਗਾ, ਜੋ ਤੁਸੀਂ ਇਹ ਦੇਖੋ ਲਾਭਕਾਰੀ ਸਕੀਮਾਂ ਲੋਕਾਂ ਵਾਸਤੇ ਲਾਭਕਾਰੀ ਸਕੀਮਾਂ ਲੈ ਕੇ ਆਉਂਦੀਆਂ ਨੇ, ਉਹਦੇ ਵਿੱਚ ਜਿਹੜਾ ਹੈਗਾ ਕਿਸਾਨ ਵਰਗ ਵੀ ਖੁਸ਼ ਹੈ, ਜਿਹਦੇ ਕਰਕੇ ਵਿਰੋਧ ਨਹੀਂ ਹੋਇਆ, ਕੋਈ ਹੋਰ ਕਾਰਨ ਨਹੀਂ, ਮਜ਼ਦੂਰ ਵਰਗ ਵੀ ਖੁਸ਼ ਹੈ। ਸਤੂ ਸਾਹਿਬ, ਮੇਰਾ ਟਾਈਮ ਮਾਫ ਕਰਨਾ ਬਿਲਕੁਲ ਖਤਮ ਹੋ ਗਿਆ, ਸਿਰਫ ਮੈਂ ਕੰਕਲੂਡਿੰਗ ਰਿਮਾਰਕਸ ਲਈ 1 ਮਿੰਟ, ਜਸਟ 45 ਸਕਿੰਟ, ਮਹੇਸ਼ ਸ਼ਰਮਾ ਜੀ ਲਾਸਟ ਮਿੰਟ ਲਈ ਤੁਹਾਡੇ ਕੋਲ। ਵਾਲੀਆ ਸਾਹਿਬ, ਮੇਰੀ ਗੱਲ ਤਾਂ ਪਹਿਲਾਂ ਹੀ ਕੰਕਲੂਡ ਹੋ ਚੁੱਕੀ ਹੈ, ਲੇਕਿਨ ਇਸ ਨੂੰ ਹੋਰ ਜ਼ਿਆਦਾ ਮਤਲਬ ਜਿਹੜਾ ਹੈਗਾ ਮਲਹੋਤਰਾ ਸਾਹਿਬ ਨੇ ਔਰ ਢਿੱਲੋਂ ਸਾਹਿਬ ਨੇ ਉਹਨੂੰ ਕਰਤਾ। ਦੇਖੋ ਮੈਂ ਇਹ ਕਹਿ ਰਿਹਾ ਕਿ ਜਿਸ ਤਰ੍ਹਾਂ ਮਲਹੋਤਰਾ ਸਾਹਿਬ ਕਹਿ ਰਹੇ ਨੇ, ਜੇ ਇਹਨਾਂ ਦੇ ਕੈਂਡੀਡੇਟ ਜਿੱਤ ਜਾਂਦੇ ਨੇ ਤਾਂ ਬਾਕੀ ਦੋ ਜਿਹੜੀਆਂ 3 ਪਾਰਟੀਆਂ ਨੇ ਉਹਨਾਂ ਨੇ, ਬਾਕੀ 2 ਪਾਰਟੀਆਂ ਨੇ ਉਹਨਾਂ ਨੇ ਕਹਿਣਾ ਵੀ ਇਹ ਤਾਂ ਹੋਣਾ ਹੀ ਸੀ, ਵੀ ਇਹ ਤਾਂ ਜਿਹੜੀ ਮਤਲਬ ਪਾਰਟੀ ਪਾਵਰ ਚ ਬੈਠੀ ਹੁੰਦੀ ਹੈ ਉਹਨੇ ਜੀ ਮਤਲਬ ਵੀ ਲਾਲਚ ਦੇ ਕੇ ਜਾਂ ਮਤਲਬ ਕੁਐਸਚਨ ਨਾਲ ਜਾਂ ਮਤਲਬ ਏਦਾਂ ਕਰਵਾ ਲਿਆ। ਤੇ ਜੇ ਉਹ ਦੂਜੇ ਜਿੱਤ ਜਾਂਦੇ ਨੇ ਤਾਂ ਫਿਰ ਮਲਹੋਤਰਾ ਸਾਹਿਬ ਨੇ ਕਹਿਣਾ ਵੀ ਇਹਨਾਂ ਨੇ ਝੂਠ ਬੋਲ ਕੇ ਮਤਲਬ ਸੀਟਾਂ ਲਈਆਂ ਨੇ, ਇਹ ਕੋਈ ਗੱਲ ਨਹੀਂ ਹੈ, ਸਾਡੀ ਪਾਰਟੀ ਹੈ ਜਿਹੜੀ ਉਹ ਕੰਮ ਕਰਦੀ ਆ, ਇਹ ਜਿਹੜਾ ਮਾਇੰਡ ਸੈਟ ਹੈ ਇਹ ਮਤਲਬ ਜਿਹੜਾ ਹੈ ਹੋਣਾ ਹੀ ਹੋਣਾ।
ਇਹ ਵੀ ਗੱਲ ਹੈ ਕਿ ਕਿਸੇ ਇੱਕ ਪਾਰਟੀ ਨੂੰ ਮੈਨੂੰ ਨਹੀਂ ਲੱਗਦਾ ਵੀ ਚਾਰ ਹੀ ਸੀਟਾਂ ਨੇ ਜਿਹੜੀਆਂ ਇੱਕ ਪਾਰਟੀ ਨੂੰ ਮਿਲ ਜਾਣ, ਇੰਨਾ ਕਹਿਣ ਦੀ ਨੌਬਤ ਨਹੀਂ ਆਏਗੀ। ਜੀ ਜੀ ਬਿਲਕੁਲ। ਸੋ ਪਹਿਲੇ ਦਰਸ਼ਕੋ ਮੈਂ ਕੋਈ ਟਿੱਪਣੀ ਨਹੀਂ ਕਰਨੀ ਕਿਉਂਕਿ ਤੁਸੀਂ ਵੋਟਾਂ ਦਾ ਇੱਕ ਘੰਟਾ ਰਹਿ ਗਿਆ, ਤੇ ਬਲਕਿ ਮੈਂ ਮੇਰਾ ਖਿਆਲ ਮੈਂ ਗਲਤ ਨਾ ਹੋਵਾਂ, ਲਗਭਗ ਟਾਈਮ ਖਤਮ ਹੋਣ ਵਾਲਾ ਹੈ ਕਿਉਂਕਿ ਅਸੀਂ 5 ਵਜੇ ਪ੍ਰੋਗਰਾਮ ਜਦੋਂ ਰਿਕਾਰਡਿੰਗ ਸ਼ੁਰੂ ਕੀਤੀ ਸੀ ਤੇ 45 ਮਿੰਟ ਹੋ ਚੁੱਕੇ ਨੇ, 10-15 ਮਿੰਟ ਜਿਹੜੇ ਨੇ ਉਹ ਰਹਿ ਗਏ ਨੇ। ਸੋ ਇਹਦਾ ਮਤਲਬ ਕਿ ਜਾਂ ਜਿਹੜੇ ਬੰਦੇ ਲਾਈਨ ਚ ਖੜੇ ਹੋਣਗੇ ਉਹੀ ਵੋਟ ਪਾ ਸਕਣਗੇ, ਉਹ ਜਿੰਨਾ ਚਿਰ ਮਰਜ਼ੀ ਹੁੰਦਾ। ਇਹ ਇੱਕ ਅਸੂਲ ਹੁੰਦਾ ਕਿ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਪੋਲਿੰਗ ਹੁੰਦੀ ਹੈ, ਤੇ 6 ਵਜੇ ਤੱਕ ਜਿਹੜੇ ਵੀ ਆ ਕੇ ਲਾਈਨ ਚ ਲੱਗ ਜਾਂਦੇ ਨੇ ਉਹਨਾਂ ਨੂੰ ਭੁਗਤਾ ਕੇ ਹੀ ਪੋਲਿੰਗ ਬੰਦ ਹੁੰਦੀ ਹੈ। ਜੋ ਵੀ ਹੈ ਇਹ ਲੋਕਤੰਤਰ ਦਾ ਇੱਕ ਬਹੁਤ ਵਧੀਆ ਪੱਖ ਹੈ, ਹਿੱਸਾ ਹੈ, ਔਰ ਇਹ ਸਾਨੂੰ ਇਸ ਗੱਲ ਦੀ ਖੁਸ਼ੀ ਤੇ ਤਸੱਲੀ ਹੋਣੀ ਚਾਹੀਦੀ ਹੈ। ਇਹ ਤਸੱਲੀ ਹੈ ਕਿ ਇਹ 4 ਜਿਹੜੇ ਹਲਕਿਆਂ ਚ ਵੋਟਾਂ ਲਗਭਗ ਕੰਪਲੀਟ ਹੋ ਰਹੀਆਂ ਨੇ ਸ਼ਾਂਤਮਈ ਤਰੀਕੇ ਨਾਲ, ਔਰ 23 ਤਰੀਕ ਨੂੰ ਜਦੋਂ ਨਤੀਜੇ ਆਉਣੇ ਨੇ ਆਪਾਂ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਜਿਹੜੇ ਅੱਜ ਦਾਅਵੇ ਕੀਤੇ ਨੇ ਪਾਰਟੀਆਂ ਦੇ ਨੁਮਾਇੰਦਿਆਂ ਨੇ, ਲੋਕਾਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਲਿਆ, ਕਿਹਦੇ ਹੱਕ ਚ ਫਤਵਾ ਦਿੱਤਾ। ਹੁਣ ਤਾਂ ਸਿਰਫ ਧੰਨਵਾਦ ਕਰਨਾ ਹੈ ਮਹੇਸ਼ ਸ਼ਰਮਾ ਜੀ, ਗੁਰਚਰਨ ਸਿੰਘ ਸੰਧੂ ਸਾਹਿਬ, ਜਗਮੀਤ ਸਿੰਘ ਢਿੱਲੋਂ ਸਾਹਿਬ, ਔਰ ਐਡਵੋਕੇਟ ਸੋਰੀ ਮੇਜਰ RPS ਮਲਹੋਤਰਾ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ ਤੇ ਆਪਣੀ ਗੱਲ ਰੱਖੀ ਪਹਿਲੇ ਦਰਸ਼ਕਾਂ, ਤੁਹਾਡਾ ਵੀ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਰਜਿੰਦਰ ਵਾੜੀ ਸ਼ੋਅ ਚ ਮਿਲਦੇ ਹਾਂ। ਬਹੁਤ ਬਹੁਤ ਸ਼ੁਕਰੀਆ। Scan QR code to contact us. Rodis Inc. Million Miles with Smile, or scan QR code to contact us. Flying Bird Truck Repair, trust we build in truck repair, or scan QR code to contact us. The Masala Twist Oxnard Fine Authentic Indian Cuisine, or scan QR code to contact us. Pizza Twist, taste with twist, order today, call or visit website, or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us.
Krishan Kumar covered California, certified agency manager who can help you, your family and your small business with health insurance. Call at 1-877-830-3270 or scan QR code to call or text.